ਐਕਸਪੈਰੀਮੈਂਟ ਕੀਤੇ ਨੇ ਤੇਰੇ ਸਾਹਮਣੇ ਜਿਹੜੀ ਨੌਕਰੀ ਬਿਸ਼ੇਰੀ ਖੜੀ ਹੈ ਆਪਣੇ ਘਰੇ, ਇੱਕ ਨੌਕਰੀ ਜ਼ਰੂਰ ਮਿਲ ਗਿਆ। ਅੱਛਾ ਬਾਈ, ਤਜਰਬੀ ਨੇ ਬਾਈ ਜੀ, ਹੋਰ ਕੀ ਹੈ, ਬਰੀਡਿੰਗ ਕੀ ਹੈ, ਬਰੀਡਿੰਗ ਤਜਰਬੀ ਨੇ। ਤਜਰਬੀ ਤਾਂ ਕੋਈ ਚੀਜ਼ ਨਹੀਂ ਵੇਚੀ ਹੈਗੀ, ਜਾਨਵਰ ਵੇਚ ਕੇ ਬਾਹਰ ਨਹੀਂ ਕੱਢਿਆ। ਅੱਛਾ ਬਾਈ, ਖਰੀਦ ਕੇ ਲਿਆਂਦਾ ਜ਼ਰੂਰ ਆ। ਆਪਣੇ ਵਾਲੇ ਘੋੜੇ ਤੋਂ ਹੁਣ 6 ਮਹੀਨੇ ਦੀ ਗੱਭਣ ਆ, ਗੱਭਣਾ ਠੀਕ ਹੈ ਵੀਰੇ, 64 ਜੀ ਦੀ ਪ੍ਰੋਪਰ ਘੋੜੀ ਆ, ਠੀਕ ਹੈ ਵੀਰੇ। ਇਸ ਵੀਡੀਓ 'ਚ ਤੁਹਾਨੂੰ ਬਹੁਤ ਹੀ ਖੂਬਸੂਰਤ ਮਾਰਵਾੜੀ ਘੋੜਾ ਦਿਖਾਉਣ ਲੱਗੇ ਹਾਂ। ਸੁਲਤਾਨ ਗਦਾਫੀ ਉਸ ਘੋੜੇ ਦਾ ਪੁੱਤ ਆ ਜਿਸ ਦੇ ਪੂਰੇ ਇੰਡੀਆ 'ਚ ਨਹੀਂ ਪੂਰੇ ਵਰਲਡ ਦੇ ਵਿੱਚ ਚਰਚੇ ਆ। ਮਾਰਵਾੜੀ ਘੋੜਿਆਂ 'ਚੋਂ ਪਹਿਲੇ ਨੰਬਰ ਦਾ ਘੋੜਾ ਜੀ ਇਸ ਘੋੜੇ ਦਾ ਪਿਓ, ਅਤੇ ਅੱਜ ਸੁਲਤਾਨ ਗਦਾਫੀ ਨੂੰ ਓਪਨ ਫੋਰ ਸਟੱਡ ਕਰਨ ਲੱਗਿਆ ਵੀਰੋ ਨੇ। ਬਾਈ ਉਹਨਾਂ ਦਾ ਕੋਈ ਸੇਲ ਪਰਚੇਜ ਦਾ ਕੰਮ ਨਹੀਂ ਬਹੁਤਾ, ਬਾਈ ਉਹਨਾਂ ਨੇ ਕਮਰਸ਼ੀਅਲ ਕੰਮ ਨਹੀਂ ਕੀਤਾ ਘੋੜਿਆਂ ਉੱਪਰ, ਸ਼ੌਕ ਹੀ ਆ, ਬਹੁਤ ਪੁਰਾਣਾ ਸ਼ੌਕ ਆ ਵੀਰੋ ਉਹਨਾਂ ਦਾ। ਪਰ ਬਾਈ ਕਹਿੰਦੇ ਵੀ ਕਦੇ ਆਪਾਂ ਨੇ ਇਹ 'ਚੋਂ ਕੁਛ ਕਮਾਇਆ ਨਹੀਂ, ਕੁਛ ਖੱਟਿਆ ਨਹੀਂ, ਘੋੜਾ ਵੀ ਆਪਾਂ ਨੇ ਹੁਣ ਕਮਰਸ਼ੀਅਲ ਕਰਨਾ, ਓਪਨ ਫੋਰ ਸਟੱਡ ਕਰਨਾ, ਪਹਿਲਾਂ ਇਸ ਘੋੜੇ ਦੇ ਆਪਾਂ ਨੇ ਰਿਜ਼ਲਟ ਦੇਖੇ ਨੇ। ਨਹੀਂ ਅਕਸਰ ਆਪਾਂ ਦੇਖਦੇ ਹੁੰਦੇ ਹਾਂ ਕਿ ਕਈ ਭਰਾ ਆਪਣੇ ਘੋੜਿਆਂ ਵਾਲੇ ਵੀ ਘੋੜੀਆਂ ਚੈੱਕ ਪਾਸ ਹੋ ਜਾਂਦੇ ਨੇ ਉਦੋਂ ਓਪਨ ਫੋਰ ਸਟੱਡ ਕਰਦੇ ਨੇ ਕਿ ਕਿਸੇ ਵੀਰ ਦੀ ਘੋੜੀ ਖਾਲੀ ਨਾ ਰਹੇ। ਪਰ ਇਹਨਾਂ ਭਰਾਵਾਂ ਨੇ ਪਹਿਲਾਂ ਆਪਣੇ ਫਰੈਂਡ ਸਰਕਲ ਦੇ ਵਿੱਚ ਘੋੜਾ ਛੱਡਿਆ, ਉਹਨਾਂ ਦੀਆਂ ਘੋੜੀਆਂ ਉੱਪਰ ਚੰਗੇ ਰਿਜ਼ਲਟ ਦੇਖੇ। ਜਦ ਬਹੁਤ ਖੂਬਸੂਰਤ ਮੈਂ ਵੀਡੀਓ 'ਚ ਅੱਗੇ ਤੁਹਾਨੂੰ ਰਿਜ਼ਲਟ ਵੀ ਦਿਖਾਊਂਗਾ ਇਸ ਘੋੜੇ ਦੇ। ਬਾਈ ਦੀ ਫੈਮਿਲੀ ਨੂੰ ਵੀ ਬਹੁਤ ਸ਼ੌਂਕ ਆ, ਆ ਬਾਈ ਦੀ ਬੇਟੀ ਆ ਦੇਖੋ, ਅਤੇ ਸਾਰੇ ਜਾਨਵਰਾਂ ਨਾਲ ਹੀ ਬਹੁਤ ਪਿਆਰ ਆ ਬੱਚਿਆਂ ਦਾ। ਬਾਈ ਕੋਲ 2 ਬੇਟੀਆਂ ਨੇ ਅਤੇ ਦੋਵਾਂ ਨੂੰ ਪੂਰਾ ਸ਼ੌਕ ਆ, ਘੋੜਾ ਵੀ ਬਹੁਤ ਸਾਊ ਆ, ਅਤੇ ਇਹਨੂੰ ਪਤਾ ਆਪਣੇ ਆਪ ਵੀ ਕਿੱਥੇ ਮੈਂ ਇੱਲਤ ਕਰਨੀ ਹੈ, ਕਿੱਥੇ ਟਿੱਕ ਕੇ ਖੜ੍ਹਨਾ, ਅਤੇ ਸਵਾਰੀ ਸਵੂਰੀ ਬਹੁਤ ਟੌਪ ਦੀ ਕਰਾਉਂਦਾ। ਇਹਨੇ ਮੁੰਡੇ ਨੇ ਸਵਾਰੀ ਕੀਤੀ ਆ, ਅਤੇ ਪਹਿਲਾਂ ਤਾਂ ਅੜਵਾਈ ਕੀਤੀ, ਚੜ੍ਹਨ ਨਹੀਂ ਦਿੱਤਾ, ਪਰ ਮੁੰਡਾ ਪੂਰਾ ਹਿੰਮਤ ਹੀ ਰਿਹਾ ਅਤੇ ਛਾਲ ਮਾਰ ਕੇ ਥੱਲੋਂ ਘੋੜੇ ਦੇ ਉੱਪਰ ਚੜ੍ਹ ਗਿਆ, ਅਤੇ ਸਵਾਰੀ ਫਿਰ ਬਹੁਤ ਵਧੀਆ ਕਰਾਈ ਘੋੜੇ ਨੇ। ਬਾਕੀ ਤੁਹਾਨੂੰ ਪਤਾ ਸਾਹ ਨਾ, ਅਤੇ ਅੜਬਪਣਾ ਤਾਂ ਸਾਹ ਦੇ ਵਿੱਚ ਹੁੰਦਾ ਹੀ ਹੁੰਦਾ, ਪਰ ਮੁੰਡਾ ਪੂਰਾ ਹਿੰਮਤ ਹੀ ਆ, ਪੂਰਾ ਸ਼ੌਕੀਨ ਆ, ਘੋੜਾ ਉਹਨੇ ਬਿਲਕੁਲ ਸਿੱਧਾ ਕਰ ਲਿਆ। ਵੀਡੀਓ 'ਚ ਮੈਂ ਤੁਹਾਡੀ ਬਾਈ ਉਹਨਾਂ ਨਾਲ ਗੱਲਬਾਤ ਕਰਾਉਂਦਾ, ਅਤੇ ਸੁਲਤਾਨ ਗਦਾਫੀ ਬਾਰੇ ਪੂਰੀ ਡਿਟੇਲ ਦਿੰਦੇ ਹਾਂ। ਮੈਂ ਤੁਹਾਨੂੰ ਦੱਸ ਹੀ ਦਿੰਦਾ ਕਿ ਕਾਲੇ ਘੰਟੇ ਦਾ ਬਹੁਤ ਹੀ ਟੌਪ ਦਾ ਬੱਚਾ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ ਆ। ਜਿਸ ਕਿਸੇ ਭਰਾ ਨੂੰ ਬਰੀਡਿੰਗ ਸਰਵਿਸ ਲਈ ਇਹ ਘੋੜਾ ਚਾਹੀਦਾ ਤਾਂ ਬਾਈ ਨੂੰ ਬੇਝਿਜਕ ਹੋ ਕੇ ਫੋਨ ਲਾ ਲਿਓ। ਬਾਕੀ ਇਹਦੀ ਜਿੰਨੀ ਵੀ ਘੋੜੇ ਦੀ ਜਾਣਕਾਰੀ ਆ ਮੈਂ ਤੁਹਾਨੂੰ ਬਾਈ ਤੋਂ ਇੰਟਰਵਿਊ ਦੇ ਵਿੱਚ ਸਾਰੀ ਪੁੱਛ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਵਾਂਗੇ। ਅਤੇ ਹੋਰ ਵੀ ਜਾਨਵਰ ਬਹੁਤ ਚੰਗੇ ਆ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸੁਲਤਾਨ ਗਦਾਫੀ ਦਾ ਜਿਹੜਾ ਪਹਿਲਾ ਰਿਜ਼ਲਟ ਆ ਬਹੁਤ ਸੋਹਣਾ ਰਿਜ਼ਲਟ ਦਿੱਤਾ ਇੱਕ ਨੋਰਮਲ ਘੋੜੀ ਦੇ ਉੱਪਰ ਇਹਨੇ, ਅਤੇ ਉਹ ਵੀ ਮੈਂ ਤੁਹਾਨੂੰ ਦਿਖਾਉਂਦਾ। ਐਨ ਪੂਰੀ ਪ੍ਰੋਪਰ ਮਾਰਕਿੰਗ ਦਿੱਤੀ ਆ, ਬਾਕੀ ਕੰਨ ਕੁੰਨ ਬਹੁਤ ਸੋਹਣਾ ਦਿੱਤਾ, ਅਤੇ ਤਿੰਨੋਂ ਪੈਰ ਚਿੱਟਿਆ ਅਤੇ ਮੱਥੇ ਪਟਾ ਬਹੁਤ ਖੂਬਸੂਰਤ ਆ। ਬਾਕੀ ਬਾਈ ਦੇ ਫਾਰਮ 'ਤੇ ਕ੍ਰਿਸ਼ਮੀ ਹੋਇਆ, ਅਤੇ ਆਹ ਕਾਲੀ ਘੋੜੀ ਆ ਬਿਲਕੁਲ, ਅਤੇ ਤਿੰਨ ਪੈਰ ਚਿੱਟਿਆ, ਮੱਥਾ ਸੋਨਾ, ਬਿਲਕੁਲ ਸਪੋਟਲੈਸ ਨੁਕਲੀ ਬਸ਼ੇਰੀ ਦਿੱਤੀ ਹੈ ਇਸ ਘੋੜੀ ਨੇ। ਤੁਸੀਂ ਦੇਖ ਲਓ ਵੀ ਜਿਵੇਂ ਆਪਾਂ ਕਹਿੰਦੇ ਹਾਂ ਨੀਤ ਨੂੰ ਮੁਰਾਦਾਂ ਹੁੰਦੀਆਂ ਨੇ, ਬਿਲਕੁਲ ਕਾਲੀ ਘੋੜੀ ਆ ਅਤੇ ਬਿਲਕੁਲ ਸਪੋਟਲੈਸ ਨੁਕਲੀ ਬਸ਼ੇਰੀ ਆਈ ਆ, ਅਤੇ ਇਹ ਪਰਮਾਤਮਾ ਦੇ ਰੰਗ ਨੇ। ਅੱਗੇ ਇੱਕ ਚੰਬੀ ਘੋੜੀ ਦੇ ਥੱਲੇ ਸੁਲਤਾਨ ਗਦਾਫੀ ਦੀ ਬੱਚੀ ਆਈ ਆ, ਬਹੁਤ ਸੋਹਣੀ ਮਾਰਵਾੜੀ, ਪ੍ਰੋਪਰ ਪੰਚ ਕਲਿਆਂ, ਥੋੜ੍ਹੇ ਥੋੜ੍ਹੇ ਪੈਰ ਚਿੱਟੇ ਅਤੇ ਮੱਥੇ ਬਹੁਤ ਖੂਬਸੂਰਤ ਪੱਟਾ, ਆ ਸਾਹਮਣੇ ਬੱਚੀ ਦੇਖ ਹੀ ਰਹੇ ਹੋ ਤੁਸੀਂ, ਅਤੇ ਪ੍ਰੋਪਰ ਚੰਬੀ ਘੋੜੀ ਆ ਨੁਕਰੇ ਬੱਚੇ ਦੇਣ ਵਾਲੀ, ਪਰ ਸੁਲਤਾਨ ਗਦਾਫੀ ਨੇ ਬਿਲਕੁਲ ਮਾਰਵਾੜੀ ਬਹੁਤ ਪਿਆਰੀ ਬੱਚੀ ਦਿੱਤੀ ਆ। ਬਾਕੀ ਦੁਬਾਰਾ ਤੋਂ ਫੇਰ ਘੋੜੀ ਆ ਜਿਹੜੀ ਸੁਲਤਾਨ ਗਦਾਫੀ ਤੋਂ ਉਹ ਗੱਭਣ, ਅਤੇ ਇੱਕ ਘੋੜੀ ਹੋਰ ਅਜੇ ਸੂਣ ਵਾਲੀ ਸੀ ਬਾਈ ਦੇ ਫਾਰਮ 'ਤੇ ਜਿਸ ਦਿਨ ਮੈਂ ਵੀਡੀਓ ਸ਼ੂਟ ਕਰਨ ਗਿਆ, ਨੀਲੀ ਘੋੜੀ ਆਹ, ਅਤੇ ਇਹ ਵੀ ਸੂਪੀ, ਇਹਨੇ ਬਹੁਤ ਸੋਹਣਾ ਬੱਚਾ ਦਿੱਤਾ। ਮੈਂ ਅੱਗੇ ਵੀਡੀਓ ਦੇ ਵਿੱਚ ਫੋਟੋਆਂ ਲਾਊਂਗਾ ਇੰਟਰਵਿਊ ਦੇ ਵਿੱਚ, ਅਤੇ ਆਹ ਬੱਚਾ ਤੁਹਾਨੂੰ ਮੈਂ ਪਹਿਲਾਂ ਦਿਖਾਈ ਆ, ਇਹ ਸੁਲਤਾਨ ਗਦਾਫੀ ਦਾ ਸਭ ਤੋਂ ਪਹਿਲਾ ਰਿਜ਼ਲਟ ਆ। ਆ ਇਸ ਬਸ਼ੇਰੇ ਦੀ ਮਾਂ ਆ ਗਈ, ਦੁਬਾਰਾ ਫੇਰ ਸੁਲਤਾਨ ਗਦਾਫੀ ਤੋਂ ਹੀ ਗੱਭਣਾ,
ਤੁਸੀਂ ਦੇਖੋ ਵੀ ਘੋੜੀ ਦੇ ਵੀ ਮੱਥੇ ਫੁੱਲ ਅਤੇ ਨੱਕ 'ਤੇ ਥੋੜ੍ਹਾ ਜਿਹਾ ਨਿਸ਼ਾਨ ਆ, ਬਾਕੀ ਸਾਰੇ ਪੈਰ ਕਾਲੇ ਆ, ਪਰ ਰਿਜ਼ਲਟ ਦੇਖੋ ਪ੍ਰੋਪਰ ਪੈਰ ਚਿੱਟੇ ਆਏ ਆ, ਥੋੜ੍ਹੀ ਥੋੜ੍ਹੀ ਗਾਮਚੀਆਂ ਤੱਕ, ਅਤੇ ਮੱਥੇ ਬਹੁਤ ਖੂਬਸੂਰਤ ਪਟਾ ਆ। ਅਤੇ ਇੱਕ ਆਹ ਘੋੜੀ ਬਾਈ ਉਹਨਾਂ ਨੇ ਸੇਲ ਕਰਨੀ ਆ, ਬਾਈ ਦੇ ਪਿੰਡ 'ਚ ਹੀ ਆ ਘੋੜੀ, ਜਿਹੜਾ ਬਾਈ ਦੁੱਲਾ ਫਿਰੋਜ਼ਪੁਰੀ ਆ, ਕਬੱਡੀ ਦਾ ਪੂਰਾ ਸਟਾਰ ਰੇਡਰ ਹੋਇਆ ਦੁੱਲਾ ਫਿਰੋਜ਼ਪੁਰੀ ਆ, ਉਹਨਾਂ ਦੀ ਘੋੜੀ ਆ ਇਹ। ਅਤੇ ਕੱਦ ਬਿੱਡ ਦੀ ਬਹੁਤ ਚੰਗੀ ਆ, ਵੀਡੀਓ ਦੇ ਵਿੱਚ ਸਾਰੀ ਡਿਟੇਲ ਦਿੱਤੀ ਇਸ ਘੋੜੀ ਦੀ ਕੱਦ ਬਾਰੇ, ਅਤੇ ਗੱਬਣ ਵੀ ਆ ਘੋੜੀ ਇਹ ਸੁਲਤਾਨ ਗਦਾਫੀ ਤੋਂ। ਅਤੇ ਬਾਈ ਕਹਿੰਦਾ ਰੇਵਿਆਰੂ ਵੀ ਆ ਬਹੁਤ ਟੌਪ ਦਾ ਤੁਰਦੀ ਆ। ਆ ਜਾਓ ਹੁਣ ਮੈਂ ਤੁਹਾਡੀ ਬਾਈ ਨਾਲ ਗੱਲਬਾਤ ਕਰਾਉਂਦਾ ਅਤੇ ਸਾਰੇ ਜਾਨਵਰ ਦਿਖਾਉਂਦਾ ਤੁਹਾਨੂੰ। ਅਤੇ ਆਹ ਘੋੜੀ ਜਿਸ ਕਿਸੇ ਵੀਰ ਨੂੰ ਚਾਹੀਦੀ ਹੋਈ ਬਾਈ ਨੂੰ ਫੋਨ ਲਾ ਲਿਓ, ਪਹਿਲਾਂ ਇਸ ਘੋੜੀ ਬਾਰੇ ਡਿਟੇਲ ਜ਼ਰੂਰ ਸੁਣ ਲਿਓ। ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਤੁਹਾਨੂੰ ਬਹੁਤ ਇੱਕ ਨਾਇਬ ਖੂਬਸੂਰਤ ਘੋੜਾ ਦਿਖਾਉਣਾ, ਉਸ ਘੋੜੇ ਦਾ ਬੱਚਾ ਦਿਖਾਉਣਾ ਜਿਸ ਘੋੜੇ ਦੇ ਬੱਚਿਆਂ ਨੂੰ ਲੋਕ ਖਰੀਦਣ ਦੇ ਲਈ ਥੱਬੇ ਥੱਬੇ ਰੁਪਈਆਂ ਦੇ ਚੱਕੀ ਫਿਰਦੇ ਆ। ਅਤੇ ਮੈਂ ਗੱਲ ਕਰਾਂ ਜੇ ਕਾਲੇ ਕਾਂਟੇ ਦੀ, ਕਾਲੇ ਕਾਂਟੇ ਦਾ ਬੱਚਾ ਦਿਖਾਉਣਾ ਤੁਹਾਨੂੰ ਮੈਂ, ਅਤੇ ਆਪਣੇ ਨਾਲ ਵੀਰੂ ਜੀ ਨੇ, ਬਾਈ ਜਗਜੀਤ ਮਾਨ ਅਤੇ ਨਾਲ ਬਾਈ ਕਰਮਵੀਰ ਗਿੱਲ, ਅਤੇ ਨਾਲ ਬੈਠੇ ਨੇ ਉਹਨਾਂ ਦੇ ਫਾਦਰ ਸਾਹਿਬ। ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਤੁਹਾਡਾ ਵੀ ਸਵਾਗਤ ਹੈ ਬਹਿੰਦ ਤੁਹਾਡੇ ਫਾਰਮ 'ਤੇ ਆਉਣ ਲਈ। ਥੈਂਕ ਯੂ ਬਾਈ ਜੀ। ਬਾਈ ਆਪਾਂ ਗੱਲ ਕਰੀਏ, ਆਪਾਂ ਕਿਹੜੇ ਪਿੰਡ 'ਚ ਬੈਠੇ ਹਾਂ, ਪਿੰਡ ਦਾ ਨਾਮ ਕੀ ਹੈ ਜੀ? ਪਿੰਡ ਫਿਰੋਜ਼ਪੁਰ ਜੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਠੀਕ ਹੈ ਬਾਈ, ਫਤਿਹਗੜ੍ਹ ਸਾਹਿਬ ਦੇ ਬਿਲਕੁਲ ਵਿੱਚ ਹੀ ਪੈ ਜਾਂਦੇ ਨਾਲ ਹੀ ਹੈ ਜੀ, 4-5 ਕਿਲੋਮੀਟਰ। ਠੀਕ ਹੈ ਵੀਰੇ, ਖੰਨਾ ਕਿੰਨਾ ਕੁ ਪੈ ਜਾਂਦਾ ਇੱਥੋਂ ਜੀ? ਖੰਨਾ 8-10 ਕਿਲੋਮੀਟਰ। 8-10 ਕਿਲੋਮੀਟਰ ਪੈ ਜਾਂਦਾ? ਹਾਂਜੀ। ਠੀਕ ਹੈ ਬਾਈ ਜੀ। ਜੋ ਆਪਾਂ ਅੱਜ ਬਾਈ ਜੀ ਗੱਲ ਕਰੀਏ ਆਪਣੇ ਘੋੜੇ ਬਾਰੇ, ਘੋੜੇ ਦਾ ਨਾਮ ਦੱਸੋ ਜੀ ਕੀ ਹੈ ਆਪਣੇ ਦਾ? ਸੁਲਤਾਨ ਗਦਾਫੀ। ਸੁਲਤਾਨ ਗਦਾਫੀ, ਇਹ ਬਾਈ ਜੀ ਆਪਣੀ ਹੋਮ ਬਰੀਡ ਹੈ ਜੀ ਘੋੜਾ? ਹਾਂਜੀ, ਹੋਮ ਬਰੀਡ ਹੈ ਜੀ। ਠੀਕ ਹੈ ਬਾਈ ਜੀ। ਉਮਰ ਕਿੰਨੀ ਹੋ ਗਈ ਬਾਈ ਆਪਣੇ ਘੋੜੇ ਦੀ ਇਹਦੀ? ਪੂਰੀ 5 ਸਾਲ ਜੀ। ਅੱਛਾ, 5 ਸਾਲ ਦਾ ਹੋ ਗਿਆ ਜੀ। ਹਾਂਜੀ। ਠੀਕ ਹੈ ਜੀ। ਅਤੇ ਇਹਦੀ ਬਾਈ ਆਪਾਂ ਮਾਂ ਦੀ ਬਲੱਡ ਲਾਈਨ ਦੀ ਗੱਲ ਕਰੀਏ ਤਾਂ ਮਾਂ ਕਿਹੜੇ ਖਾਨਦਾਨ ਦੀ ਹੈ ਜੀ? ਮਾਂ ਬਾਈ, ਇਹ ਬਾਈ ਨੇ ਪਰਚੇਜ ਕੀਤੀ ਸੀ ਮੇਰੇ ਤੋਂ ਪਹਿਲਾਂ। ਅੱਛਾ ਜੀ। ਇਹ ਲੈ ਕੇ ਆਇਆ ਸੀ, ਮੈਂ ਨਹੀਂ ਗਿਆ ਸੀ, ਇਕੱਲਾ ਗਿਆ ਸੀਗਾ। ਠੀਕ ਹੈ ਬਾਈ, ਇਹ ਦੱਸਦਾ ਤੁਹਾਨੂੰ ਮਾਂ ਬਾਰੇ ਪ੍ਰੋਪਰ ਜਾਣਕਾਰੀ। ਠੀਕ ਹੈ ਬਾਈ ਜੀ। ਬਾਈ ਦਾ ਨਾਮ ਹੈਗਾ ਜੀ ਕਰਮਵੀਰ ਗਿੱਲ। ਹਾਂਜੀ। ਠੀਕ ਹੈ ਬਾਈ। ਇਹ ਮੱਝੂ ਕੇ ਲਾਈਨ ਦੀ ਹੈ ਜੀ ਮਾਂ ਇਸ ਦੀ। ਠੀਕ ਹੈ ਵੀਰੇ। 7.5 ਤੋਂ ਲੈ ਕੇ 8 ਸਾਲ ਦੇ ਵਿੱਚ ਉਹਦੀ ਉਮਰ ਆ, ਉਹ ਆਪਣੇ ਕੋਲ ਹੀ ਆ ਇਸ ਟਾਈਮ ਜੀ। ਅੱਛਾ, ਹੁਣ ਵੀ ਆਪਣੇ ਕੋਲ ਹੀ ਆ? ਆਪਣੇ ਕੋਲ ਹੀ ਆ, ਆਪਣੇ ਘਰੇ ਖੜੀ ਹੈ ਜੀ ਉਹ। ਠੀਕ ਹੈ ਵੀਰੇ। ਮੱਥੇ ਪਟਾ ਉਸਦੇ ਜੀ। ਠੀਕ ਹੈ ਜੀ। 3 ਪੈਰ ਉਹਦੇ ਚਿੱਟੇ ਨੇ। ਠੀਕ ਹੈ ਵੀਰੇ। ਔਰ 2 ਆਪਾਂ ਉਹਤੋਂ ਸੂਏ ਲੈਣੇ, ਇਸ ਤੋਂ ਬਾਅਦ ਇੱਕ ਸੂਆ ਹੋਰ ਲਿਆ। ਇੱਕ ਹੋਰ ਲਿਆ ਵੀਰੇ। ਇਹ ਮਤਲਬ ਤੁਹਾਡੀ ਘੋੜੀ ਦਾ ਉਹਦਾ ਜਿਹੜੀ ਮੱਝੂ ਕੇ ਲੈਣ ਦੇ ਪਹਿਲਾ ਬੱਚਾ ਜੀ? ਇਹ ਪਹਿਲਾ ਬੱਚਾ ਜੀ। ਠੀਕ ਹੈ ਬਾਈ। ਤੇ ਬਾਈ ਉਦੋਂ ਘੋੜਾ ਕਿੱਥੇ ਸੀ, ਕਿਹੜੀ ਜਗ੍ਹਾ ਸੀਗਾ ਜੀ ਜਦੋਂ ਤੁਸੀਂ ਨੇ ਮੇਟ ਕਰਾਈ ਆਪਣੀ ਘੋੜੀ? ਇਹ ਆਪਣੇ ਮਰਿੰਡੇ ਕੋਲ ਪਿੰਡ ਪੈਂਦਾ ਜੀ ਕਲਾਰਾ। ਠੀਕ ਹੈ ਜੀ। ਬਿੱਲੂ ਸਰਪੰਚ ਕੋਲ ਸੀਗਾ, ਤੇਜਿੰਦਰ ਸਿੰਘ ਬਿੱਲੂ ਹੈ ਜੀ, ਨਾਂ ਕਲੇਰ। ਠੀਕ ਹੈ ਜੀ। ਤੇਜਿੰਦਰ ਸਿੰਘ ਕਲੇਰ ਉਹ ਸਾਡੇ ਮਿੱਤਰ ਨੇ ਜੀ ਬੰਦੇ ਉਹ ਜੀ। ਅਸੀਂ ਪਹਿਲਾਂ ਘੋੜੀਆਂ ਰੱਖਣ ਤੋਂ ਪਹਿਲਾਂ ਉਹਨਾਂ ਕੋਲ ਜਾਂਦੇ ਆਉਂਦੇ ਸੀਗੇ। ਠੀਕ ਹੈ ਜੀ। ਅਸੀਂ ਜੋ ਘੋੜਾ ਦੇਖਿਆ ਉਹਨਾਂ ਕੋਲ ਵੀ, ਫਿਰ ਸਾਨੂੰ ਵੀ ਚਾਹਨਾ ਹੋਈ। ਠੀਕ ਹੈ ਜੀ। ਅਸੀਂ ਇਸ ਘੋੜੇ ਦਾ ਬੱਚਾ ਲਈਏ। ਠੀਕ ਹੈ ਬਾਈ। ਫਿਰ ਪ੍ਰਗਟ ਸੀਗਾ ਜੀ ਮੁੰਡਾ ਇੱਕ ਸਾਡੇ, ਉਹਦੇ ਪਿੱਛੇ ਜਿਹੜਾ ਡੈਥ ਹੋ ਗਈ ਇੱਥੇ। ਅੱਛਾ ਵੀਰੇ। ਇੰਟ ਦੇ ਵਿੱਚ। ਅੱਛਾ ਜੀ। ਉਹ ਤੇ ਮਮਨ ਦਾ ਪਿੰਡ ਸਾਡੇ ਕੋਲ ਪੈਂਦਾ ਦਮਹੇੜੀ। ਹਾਂਜੀ। ਉਹ ਸਾਨੂੰ ਘੋੜੀ ਦਬਾ ਕੇ ਲੈ ਗਿਆ ਜੀ ਜਗਰਾਉਂ ਤੋਂ। ਅੱਛਾ ਬਾਈ। ਉਹ ਅਸੀਂ ਫਿਰ ਲਿਆ ਕੇ ਪਾਲੀ ਕਰੀ, ਉਹ ਅਸੀਂ ਬੱਚੀ ਲਈ ਸੀ ਵਛੇਰੀ ਉਹ। ਛੋਟੀ ਬੱਚੀ ਖਰੀਦੀ ਸੀ? ਹਾਂਜੀ ਹਾਂਜੀ। ਠੀਕ ਹੈ ਜੀ। ਲਈ ਕਰੀ ਫਿਰ ਉਹ ਤੋਂ ਕ੍ਰੋਸ ਕਰਾਈ, ਵਾਹਿਗੁਰੂ ਪਰਮਾਤਮਾ ਕਿਰਪਾ ਨਾਲ ਸਾਡੇ ਕੋਲ ਬਹੁਤ ਸੋਹਣਾ ਰਿਜ਼ਲਟ ਆਇਆ ਜੀ। ਠੀਕ ਹੈ ਬਾਈ। ਉਹ ਪਾਲਿਆ ਕਰਿਆ, ਹੁਣ ਅੱਗੇ ਉਹਦੇ ਬੱਚੇ ਨੇ ਜੀ ਸਾਡੇ ਕੋਲ। ਠੀਕ ਹੈ ਬਈ। ਆਪ ਵੀ ਦੇਖੋ ਕਾਲਾ ਕਾਂਟੇ ਦਾ ਬਹੁਤ ਨਾਮ ਆ ਵੀਰੇ, ਹੈ ਨਾ, ਬੱਚੇ ਵੀ ਬਹੁਤ ਚੰਗੇ ਪੈਦਾ ਕੀਤੇ ਆ। ਅਤੇ ਆਪਣੇ ਘੋੜੇ ਦੀ ਆਪਾਂ ਮਾਰਕਿੰਗ ਦੀ ਗੱਲ ਕਰੀਏ ਤਾਂ ਸਿਰਫ ਮੱਥੇ ਪਟਾ ਜੀ ਇਹਦੇ? ਮੱਥੇ ਪਟਾ ਇਕੱਲਾ ਸਿਰਫ। ਠੀਕ ਹੈ ਬਈ। ਇਹਦੀ ਮਾਂ ਦੀ ਕੀ ਮਾਰਕਿੰਗ ਆ ਬਈ? 3 ਪੈਰ ਚਿੱਟੇ, ਮੱਥੇ ਪਟਾ। ਮੱਥੇ ਪਟਾ। ਹਾਂਜੀ। ਅਤੇ ਆਪ ਵੀਰੇ ਚਲੋ ਬੱਚੇ ਵੀ ਆਪਾਂ ਹੁਣ ਦੇਖੋ, ਇੱਕ ਤਾਂ ਬਾਈ ਦੇ ਘਰੇ ਵਛੇਰੀ ਆਈ ਆ, ਹੈ ਨਾ। ਹਾਂਜੀ। ਹਾਂ, ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਇੱਕ ਵਛੇਰਾ ਦੇਖਿਆ ਆਪਾਂ ਨੇ ਬਹੁਤ ਸੋਹਣਾ, ਉਹਦੇ ਵੀ ਮੱਥੇ ਪਟਾ, ਹੈ ਨਾ। ਪਹਿਲਾ ਰਿਜ਼ਲਟ ਆ ਸਿਰਫ ਇਹਦਾ ਗਦਾਫੀ ਦਾ। ਉਹ ਅੱਛਾ, ਪਹਿਲਾ ਰਿਜ਼ਲਟ ਹੈ ਜੀ ਜਿਹੜਾ? ਸਭ ਤੋਂ ਪਹਿਲਾ ਰਿਜ਼ਲਟ ਉਹੀ ਆ। ਠੀਕ ਹੈ ਵੀਰੇ। ਉਹ 1 ਸਾਲ 4 ਮਹੀਨੇ ਦਾ ਹੋ ਗਿਆ। ਇੱਕ ਸਾਲ 4 ਮਹੀਨੇ ਦਾ ਹੋ ਗਿਆ ਜੀ। ਅਤੇ ਬਾਈ ਜੇ ਆਪਾਂ ਗੱਲ ਕਰੀਏ ਜੇ ਆਪਾਂ ਹੁਣ ਤੱਕ ਕਿੰਨੀਆਂ ਘੋੜੀਆਂ ਦੇ ਘੋੜਾ ਛੱਡੇ ਜੀ ਆਪਣਾ ਇਹ? ਆਪਣੇ ਘੋੜੀਆਂ ਦੇ ਹੁਣ 8 ਰਿਜ਼ਲਟ, 9 ਆ ਚੁੱਕੇ ਨੇ, 18 ਘੋੜੀਆਂ ਇਸ ਸਾਲ ਸੂ ਪੈਣੀਆਂ ਨੇ। ਇਸ ਸਾਲ 'ਚ ਹੋਰ ਸੂ ਪੈਣੀਆਂ ਨੇ।
ਤੇ ਬਈ ਜਿਵੇਂ 8 ਕਰ ਰਿਜ਼ਲਟ ਆਇਆ, ਕਿਸ ਤਰ੍ਹਾਂ ਦੇ ਸਾਰੇ ਰਿਜ਼ਲਟ ਆਇਆ, ਮਾਰਕਿੰਗ ਕੀ ਆਈ ਆ? ਮਾਰਕਿੰਗ 2 ਪੈਰ ਚਿੱਟੇ, ਮੱਥੇ ਪੜਾ, ਮਤਲਬ ਤਕਰੀਬਨ ਸਭ ਦੇ ਆਇਆ। ਇੱਕ ਬੱਚਾ ਆਇਆ ਜਿਹੜਾ ਸਿਰਫ ਪੂਰਾ ਬਲੈਕ ਬੱਚਾ ਆਇਆ, ਇੱਕ ਬੱਚਾ ਆਇਆ ਪੂਰਾ ਜੱਡ ਬਲੈਕ ਆਇਆ, ਜਿਹੜਾ ਬਛੇਰਾ ਆਇਆ ਜੀ, ਬਛੇਰਾ। ਠੀਕ ਹੈ ਵੀਰੇ, ਤੇ ਆਪਾਂ ਵੀ ਆਪਣੇ ਘੋੜੇ ਦੀ ਹਾਈਟ ਦੀ ਗੱਲ ਕਰੀਏ ਬਈ, ਸੁਲਤਾਨ ਗਦਾਫੀ ਦੀ ਕਿੰਨੀ ਹੋ ਗਈ? 62.5 ਇੰਚ ਹੈ ਬਾਈ। 62.5 ਇੰਚ ਹਾਈਟ ਹੈ ਜੀ। ਠੀਕ ਹੈ ਬਾਈ, ਤੇ ਇਸ ਤੋਂ ਪਹਿਲਾਂ ਜੋ ਤੁਸੀਂ ਗੱਲ ਕਰ ਰਹੇ ਸੀ ਵੀ ਬਾਈ ਅਸੀਂ ਘੋੜਾ ਵੀ ਬਾਹਰ ਕੋਈ ਜ਼ਿਆਦਾ ਐਵੇਂ ਵੀਡੀਓ ਵੀ ਨਹੀਂ ਬਣਵਾਈ ਹੈਗੀ, ਵੀ ਹੁਣ ਓਪਨ ਫੋਰ ਸਟੱਡ ਕਰਨਾ ਸੀ ਨੇ, ਤੁਸੀਂ ਰਿਜ਼ਲਟ ਯਾਰਾਂ ਦੋਸਤਾਂ ਹੀ ਲਵਾਈਆਂ ਬਾਈ। ਠੀਕ ਹੈ ਵੀ, ਰਿਜ਼ਲਟ ਵੀ ਚੈੱਕ ਕਰ ਲਏ ਤੁਸੀਂ ਨੇ ਵੀ ਕਿਵੇਂ ਦੇ? ਤੇਰੇ ਸਾਹਮਣੇ ਹੀ ਨੇ, ਤੈਨੂੰ ਹੁਣ ਤੂੰ ਦੇਖ ਹੀ ਲਏ ਵੀ ਕੀ ਰਿਜ਼ਲਟ ਨੇ, ਚੰਬੀ ਦੇ ਕੀ ਆ। ਹਾਂਜੀ ਹਾਂਜੀ ਵੀਰੇ, ਉਹ ਵੀ ਚਲੋ ਆਪਾਂ ਗੱਲਬਾਤ ਕਰਦੇ ਹਾਂ ਬਈ। ਅਕਸਰ ਆਪਾਂ ਦੇਖਦੇ ਹਾਂ ਨਾ ਕਈ ਬੰਦੇ ਚੰਬੀਆਂ ਘੋੜੀਆਂ ਤੇ ਘੋੜਾ ਤਾਂ ਕਰਕੇ ਨਹੀਂ ਛੱਡਦੇ ਵੀ ਜੇ ਚੰਬਾ ਬੱਚਾ ਆ ਗਿਆ ਸਾਡੇ ਘੋੜੇ ਦਾ ਨਾਮ ਖਰਾਬ ਹੋਊਗਾ। ਪਰ ਭਾਈ ਤੁਹਾਡਾ ਮੈਂ ਇਹ ਮੰਨਦਾ ਵੀ ਬਹੁਤ ਵੱਡਾ ਦਿਲ ਆ ਬਾਈ, ਤੁਸੀਂ ਘਰੇ ਜਿਹੜੀ ਚੰਬੀ ਘੋੜੀ ਆ ਉਹ 'ਤੇ ਘੋੜਾ ਛੱਡਤਾ, ਕਿਉਂਕਿ ਨਹੀਂ ਕਈ ਵਾਰ ਕੀ ਹੁੰਦਾ ਜੇ ਚੰਬਾ ਬੱਚਾ ਜੇ ਕਹੇ ਯਾਰ ਉਹਦੇ ਘਰੀ ਚੰਬਾ ਬੱਚਾ ਆ ਗਿਆ ਉਸ ਘੋੜੇ ਦਾ, ਹੈ ਨਾ? ਤੇ ਪਰ ਤੁਹਾਡੇ ਘੋੜੇ ਨੇ ਬਈ ਪ੍ਰੂਵ ਕਰਿਆ ਆਪਣੇ ਆਪ, ਪ੍ਰੂਵ ਕੀਤਾ ਚੰਬੇ ਨੇ ਕੀ ਕੀਤਾ, ਫਿਰ ਦੂਜੀ ਘੋੜੀ ਵੀ ਦਿਖਾ ਦਿੱਤੀ ਪਿਓਰ ਬਲੈਕ ਦੇ ਉੱਤੇ। ਦੇਖੋ ਕਿੰਨਾ ਵਧੀਆ ਪਟਾ ਆਇਆ, ਆਪਾਂ ਵੀਡੀਓ ਦੇ ਵਿੱਚ ਤੁਸੀਂ ਦਿਖਾ ਦਿਓ ਬਛੇਰਾ, ਤੇ ਚੰਬੇ ਵਾਲਾ ਵੀ ਦਿਖਾ ਦਿਓ। ਹਾਂ ਹਾਂ ਨਾ, ਚੰਬੇ ਵਾਲੀ ਬਹੁਤ ਸੋਹਣੀ ਬੱਚੀ ਆਈ ਹੈ ਬਈ। ਹਾਂਜੀ ਹਾਂਜੀ, ਬਿਲਕੁਲ ਥੋੜੇ ਥੋੜੇ ਪੈਰ ਚਿੱਟੇ ਆ, ਹਾਂ ਤੇ ਬਰੀਕ ਪਟਾ ਬਈ। ਹਾਂਜੀ ਠੀਕ ਹੈ ਵੀਰੇ, ਤੇ ਹੋਰ ਵੀ ਬਈ ਚੰਬੀਆਂ ਘੋੜੀਆਂ ਮਿਲੀਆਂ ਨੇ ਆਪਣੇ ਘੋੜੇ ਤੋਂ? ਨਹੀਂ, ਇੱਕ ਨੌਕਰੀ ਜ਼ਰੂਰ ਮਿਲੀ ਆ। ਅੱਛਾ, ਨੌਕਰੀ ਘੋੜੀ ਮਿਲੀ ਹੈ ਤੁਸੀਂ? ਨੌਕਰੀ ਘੋੜੀ। ਅੱਛਾ ਬਈ, ਉਹਦਾ ਰਿਜ਼ਲਟ ਵੀ ਜਦੋਂ ਆਇਆ ਤੈਨੂੰ ਮੈਂ ਜ਼ਰੂਰ ਬੁਲਾਊਂਗਾ। ਅੱਛਾ ਜੀ, ਆਪਾਂ ਐਕਸਪੈਰੀਮੈਂਟ ਕੀਤੇ ਨੇ ਤੇਰੇ ਸਾਹਮਣੇ, ਜਿਹੜੀ ਨੁਕਰੀ ਬਛੇਰੀ ਖੜੀ ਆਪਣੇ ਘਰੇ। ਠੀਕ ਹੈ ਬਈ, ਉਹਦੀ ਮਾਂ ਤੋਂ ਮਿਲਾਤੀ ਤੂੰ ਵੀ, ਤੂੰ ਹੁਣ ਗੱਲਬਾਤ ਕਰਦੇ ਆਪਾਂ ਉਹਦੇ ਬਾਰੇ। ਨਹੀਂ ਉਹ ਤਾਂ ਬਿਲਕੁਲ ਗੱਲ ਠੀਕ ਆ, ਬਾਕੀ ਬਈ ਤੇਰੇ ਤੁਹਾਡੇ ਫਾਰਮ ਤੇ ਮਤਲਬ ਮੈਂ ਇਹ ਕਹੂੰਗਾ ਵੀ ਜਿਵੇਂ 13-13 ਸਟੱਡ ਫਾਰਮ ਦਾ ਨਾਂ ਰੱਖਿਆ ਤੁਸੀਂ, ਬਾਬੇ ਨਾਨਕ ਨੇ 13-13 ਤੋਲਿਆ, ਵੀ ਚਮਤਕਾਰ ਹੀ ਹੋ ਰਿਹਾ ਤੁਹਾਡੇ ਫਾਰਮ ਤੇ। ਚਮਤਕਾਰ ਹੀ ਹੋਇਆ, ਤੈਨੂੰ ਦੱਸ ਕੇ ਹਟਿਆ ਬਿਆਨ ਤੇ ਵੀ ਸਾਡੇ ਨਾਲ ਕੀ ਬੀਤੀਆਂ ਨੇ। ਆਪਣਾ ਬਿਆਨ ਤੋਂ ਪਹਿਲਾਂ ਨੁਕਸਾਨ ਬਹੁਤ ਹੋਇਆ, ਤੈਨੂੰ ਦੱਸਿਆ ਵੀ ਮੈਂ ਆਪਣੇ ਘਰੇ ਕੀ, ਹੁਣ ਨੂੰ ਤਾਂ ਇਹ 40 ਘੋੜੀਆਂ ਆਪਣੇ ਘਰੇ, ਕਾਂਟੇ ਦੇ 2-3 ਬੱਚੇ ਨੁਕਸਾਨੇ ਗਏ ਨੇ। ਅੱਛਾ ਬਾਈ, ਹਾਂ ਕਾਲੇ ਜਾਦੂ ਦਾ ਪਹਿਲਾ ਬੱਚਾ ਮੇਰੇ ਘਰੇ ਆਇਆ ਸੀ। ਅੱਛਾ ਬਾਈ, ਫੋਟੋ ਦਊਂਗਾ ਜੰਗ ਸ਼ੇਰ। ਅੱਛਾ ਜੀ, ਨਹੀਂ ਬਾਈ ਚੱਕਰ ਪਤਾ ਕੀ ਹੁੰਦਾ, ਜਦੋਂ ਬੰਦੇ ਨੂੰ ਕਈ ਵਾਰ ਨੁਕਸਾਨ ਹੋ ਜਾਣੇ ਚੀਜ਼ ਅਗਲਾ ਹੱਥ ਖੜੇ ਕਰ ਦਿੰਦਾ ਵੀ ਚੱਲ ਛੱਡੋ ਯਾਰ, ਹੈ ਨਾ? ਪਰ ਫਿਰ ਵੀ ਤੁਸੀਂ ਨੇ ਬਈ ਵੱਡੇ ਜਿਗਰੇ ਨਾਲ ਤੁਸੀਂ ਮਨ ਨਹੀਂ ਡੋਲਿਆ, ਪਰ ਪਰਮਾਤਮਾ ਨੇ ਅੱਜ ਫਿਰ ਬਹੁਤ ਚੰਗੇ ਜਾਨਵਰ ਆ ਜਿਹੜੇ ਤੁਹਾਡੇ ਫਾਰਮ ਤੇ ਖੜੇ ਕਰਤੇ ਦੁਬਾਰੇ, ਹੈ ਨਾ ਜੀ? ਤੇ ਘੋੜਾ ਬਹੁਤ ਸੰਗਾ ਬਹੁਤ ਸੋਹਣਾ ਜੁੜ ਗਿਆ ਤੁਹਾਨੂੰ ਬਈ। ਹਾਂਜੀ ਹਾਂਜੀ, ਤੇ ਬਈ ਆਪਣੇ ਘੋੜੀ ਦੀ ਹੁਣ ਆਪਣੇ ਫੀਸ ਕਿੰਨੀ ਰੱਖਤੀ ਜੀ? 31,000। 31,000 ਰੁਪਏ ਫੀਸ ਹੈ ਜੀ। ਠੀਕ ਹੈ ਬਈ, ਬਾਕੀ ਆਪਣੇ ਵੀਰੇ ਡਾਕਟਰ ਦੀ ਸਹੂਲਤ ਹੈਗੀ ਹੈ ਜੀ ਇੱਥੇ? ਹਾਂਜੀ ਹਾਂਜੀ। ਠੀਕ ਹੈ ਵੀਰੇ, ਜਿਵੇਂ ਕੋਈ ਘੋੜੀ ਭਰਾ ਛੱਡ ਜਾਂਦਾ ਇੱਕ ਦੋ ਦਿਨ, ਜਿਵੇਂ ਫੋਲੀਕਲ ਵਗੈਰਾ ਚੈੱਕ ਕਰਾਉਣਾ ਹੁੰਦਾ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਬਾਈ, ਚਲੋ ਆਪਾਂ ਬਾਈ ਘੋੜੇ ਬਾਰੇ ਸਾਰੀ ਡਿਟੇਲ ਲੈ ਲਈ ਵੀ 62.5 ਇੰਚ ਹਾਈਟ ਹੋ ਗਈ, 31,000 ਆਪਾਂ ਨੇ ਫੀਸ ਰੱਖਤੀ। ਤੇ ਤੁਸੀਂ ਭਰਾ ਗੱਲ ਕਰ ਰਹੇ ਸੀ ਵੀ ਦੇਖੋ ਹੋਮ ਬਰੀਡ ਆ, ਤੁਸੀਂ ਆਪ ਘੋੜੀ ਭਰਵਾਈ ਸੀ, ਪਰ ਉਹਦੇ ਬਾਵਜੂਦ ਵੀ ਤੁਸੀਂ ਨੇ DNA ਕਰਵਾਤਾ ਆਪਣਾ? DNA ਵੀ ਕਰਾਤਾ, ਮੈਂ ਤੁਹਾਨੂੰ ਦੇ ਦੂੰਗਾ, ਤੂੰ ਲਾ ਦਿਓ ਪਾਸਪੋਰਟ। ਹਾਂ, ਕਿਉਂਕਿ ਅੱਜ ਕੱਲ੍ਹ ਬਈ ਰੁਝਾਨ ਅਗਲਾ ਹਰੇਕ ਪੁੱਛਦਾ ਵੀ ਭਾਈ DNA ਹੈਗਾ ਤੁਹਾਡੇ ਘੋੜੇ ਦਾ? DNA ਤਾਂ ਹੀ ਕਰਾਇਆ ਵੀ ਆਪਾਂ ਤਾਂ ਕਹਿੰਦੇ ਹੋਮ ਬਰੀਡ ਆ, ਪਰ ਲੋਕ ਕਹਿੰਦੇ ਨਹੀਂ ਵੀ ਇਹ ਝੂਠ ਬੋਲਦੇ ਹੋਣਗੇ, ਇਹ ਹੋਊਗਾ ਉਹ ਹੋਊਗਾ। ਠੀਕ ਹੈ ਬਾਈ, ਭਾਈ ਮਾਂ ਵੀ ਆਪਣੇ ਕੋਲ ਹੀ ਹੈ, ਸਾਰਾ ਕੁਛ ਆਪਣੇ ਕੋਲ ਹੀ ਹੈ, ਖੜਾ ਦੇ ਸਾਹਮਣੇ। ਦੇਖੋ ਬਾਈ ਜੀ, ਸਾਰੇ ਤਰ੍ਹਾਂ ਦੀ ਹਰ ਇੱਕ ਮਾਰਕੀਟ 'ਚ ਬੰਦੇ ਪਾਏ ਜਾਂਦੇ, ਹੈ ਨਾ? ਸੱਚੇ ਵੀ ਝੂਠੇ ਵੀ, ਪਰ ਫਿਰ ਵੀ ਆਪਾਂ ਨੂੰ ਜਿਵੇਂ ਇੱਕ ਵਾਰ ਦੁੱਧ ਦਾ ਫੂਕਾ ਕਹਿੰਦੇ, ਪਾਣੀ ਵੀ ਫੂਕਾ ਮਾਰ ਮਾਰ ਪੀਂਦਾ, ਹੈ ਨਾ? ਇਸ ਕਰਕੇ ਚਲੋ ਜਿਸ ਹਿਸਾਬ ਨਾਲ ਲੋਕ ਚੱਲ ਰਹੇ, ਜਿਵੇਂ DNA ਦਾ ਰੁਝਾਨ ਆ ਬਾਈ, ਚੰਗੀ ਗੱਲ ਆ DNA ਤੁਸੀਂ ਨੇ ਕਰਵਾ ਤੁਹਾਡੇ ਦਾ। ਠੀਕ ਹੈ ਬਾਈ ਜੀ, ਤੇ ਬਾਈ ਜੀ ਤੁਸੀਂ ਪਹਿਲਾਂ ਵੀ ਦੱਸ ਰਹੇ ਤੇ ਔਕੜਾਂ ਬੜੀਆਂ ਆਈਆਂ ਤੁਹਾਨੂੰ ਇਸ ਕੰਮ ਦੇ ਵਿੱਚ, ਹੈ ਨਾ? ਤੇ ਬਾਈ ਕਿਵੇਂ ਸੰਭਾਲਿਆ ਆਪਦੇ ਆਪ ਨੂੰ ਉਹ ਕੰਮਾਂ 'ਚੋਂ ਤੁਸੀਂ ਬਾਈ? ਜਿਵੇਂ ਮੈਂ ਇਹਦੇ ਵਿੱਚ ਕਹੂੰਗਾ ਵੀ ਇਹ ਮੇਰੇ ਨਾਲ ਖੜਾ ਰਿਹਾ ਵੀਰ, ਇਹਨੂੰ ਸ਼ੌਂਕ ਪਹਿਲਾਂ ਇਹਨੂੰ ਇਹ ਸੀਗਾ, ਮੈਨੂੰ ਤਾਂ ਬਾਅਦ 'ਚ ਹੋਇਆ। ਠੀਕ ਹੈ ਵੀਰੇ, ਮੈਂ ਪਹਿਲਾਂ ਤਾਂ 2 ਸਾਲ ਇਹਨੇ ਸਾਂਭ ਕੇ ਰੱਖੇ, 2012 ਤੋਂ ਰੱਖੇ ਨੇ, 14 ਤੱਕ ਇਹਨੇ ਰੱਖੇ ਨੇ। ਠੀਕ ਹੈ, ਫਿਰ ਆਪਾਂ 18 'ਚ ਪ੍ਰੋਪਰ ਇੱਥੇ ਹੀ ਲਿਆਏ। ਠੀਕ ਹੈ ਵੀਰੇ, ਉੱਥੇ ਵੀ ਜਗ੍ਹਾ ਘੱਟ ਸੀਗੀ, ਫਿਰ 18 'ਚ ਇੱਥੇ ਲਿਆਏ ਅਸੀਂ। ਉਸ ਤੋਂ ਬਾਅਦ ਇੱਥੇ ਆ ਕੇ ਨੁਕਸਾਨ ਬਹੁਤ ਹੋਇਆ, ਕਾਂਟੇ ਦੀਆਂ 2 ਬੱਚੀਆਂ। ਠੀਕ ਹੈ ਵੀਰੇ, ਇੱਕ ਤਾਂ 4 ਮਹੀਨੇ ਦੀ, ਇੱਕ ਪੂਰੀ ਜਵਾਨ ਹੋਈ ਹੋਈ। ਅੱਛਾ ਵੀਰੇ, ਉਹ ਦੁੱਧ ਆਉਂਦੀ 62 ਇੰਚ ਹੋ ਗਈ ਸੀ, ਬੰਦਾ ਮੰਨ ਨਹੀਂ ਸਕਦਾ ਹੈਗਾ। ਅੱਛਾ ਵੀਰੇ,
ਠੀਕ ਆ। ਉਸ ਤੋਂ ਬਾਅਦ ਜੰਗ ਸ਼ੇਰ ਬਸ਼ੇਰਾ ਜੀ ਕਾਲੇ ਜਾਦੂ ਦਾ ਮੇਰੇ ਪਹਿਲਾ ਸੀਗਾ। ਅੱਛਾ ਵੀਰੇ। ਉਸ ਤੋਂ ਬਾਅਦ ਮੈਂ ਘੋੜੀਆਂ ਲਿਆ ਗੁਜਰਾਤ ਤੋਂ, ਉਹ ਪੂਰੀ ਹੋ ਗਈ। ਹਾਂਜੀ। ਫਿਰ ਜਿਹੜੀ ਸਭ ਤੋਂ ਪਹਿਲੀ ਘੋੜੀ ਸੀ ਸਾਡੀ, ਹਾਂਜੀ, ਉਹ ਸੁਲਤਾਨ ਗਦਾਫੀ ਤੋਂ ਹੀ ਸੁਣਾ ਸੀ ਉਹਨੇ, ਸਭ ਤੋਂ ਕਾਲੀ ਘੋੜੀ ਸੀ। ਹਾਂਜੀ। ਮੋਹਾਲੀ ਵਾਲੇ ਬਾਬਾ ਜੀ ਤੋਂ ਲਈ ਸੀਗੀ ਉਹ ਘੋੜੀ, ਸੂਣ ਲੱਗੀ ਸਾਰਾ ਕੁਛ, ਬਾਹਰ ਕੱਢ ਗਈ ਪਿੱਛਾ ਵਗੈਰਾ, ਬੱਚਾ ਬਾਹਰ ਨਹੀਂ ਆਇਆ। ਅੱਛਾ ਵੀਰੇ। ਉਹ ਪੂਰੀ ਹੋ ਗਈ। ਠੀਕ ਹੈ ਜੀ। ਗੁਜਰਾਤ ਵਾਲੀ ਪੂਰੀ ਹੋ ਗਈ, ਮਤਲਬ 8-9 ਜਾਨਵਰ ਸਾਡੇ ਪੂਰੇ ਹੋ ਗਏ। ਤੰਗ ਅਸੀਂ ਬਹੁਤ ਹੋ ਗਏ ਸੀਗੇ ਵੀ ਨਹੀਂ ਹੁਣ ਰੱਖਣਾ ਨਹੀਂ ਹੈਗਾ। ਠੀਕ ਹੈ। ਇਕੱਲਾ ਗਦਾਫੀ ਰਹਿ ਗਿਆ ਸੀਗਾ। ਅੱਛਾ ਵੀਰੇ। ਉਸ ਤੋਂ ਬਾਅਦ ਪਰਮਾਤਮਾ ਨੇ ਇਹੀ ਜਿਹੀ ਮਿਹਰ ਕੀਤੀ, ਮੇਰੇ ਯਾਰ ਦੋਸਤ ਇੱਕ ਚਰਨੀ ਬਾਈ ਆ ਗਿਆ, ਉਹ ਕਹਿੰਦਾ ਵੀ ਨਹੀਂ ਆਪਾਂ ਵੀ ਯਾਰ ਤੂੰ ਕੋਈ ਗੱਲ ਨਹੀਂ ਮੈਂ ਲੈ ਜੂੰਗਾ। ਮੈਂ ਉਹਨੂੰ ਕਿਹਾ ਵੀ ਤੂੰ ਲੈ ਜਾ ਘੋੜਾ, ਠੀਕ ਹੈ, ਕਿਸੇ 'ਚ ਰੱਖਣਾ ਨਹੀਂ ਦੇ ਰਹੇ ਯਾਰ, ਵੇਚਣਾ ਨਹੀਂ ਹੈਗਾ ਮੈਂ। ਠੀਕ ਹੈ ਬਾਈ। ਉਹ ਕਹਿੰਦਾ ਕੋਈ ਗੱਲ ਨਹੀਂ ਤੂੰ ਰੱਖ ਲਾ, ਉਸ ਤੋਂ ਬਾਅਦ ਆਪਾਂ ਦੇ ਦਾਂਗੇ। ਉਹ 2-4 ਦਿਨ ਬਾਅਦ ਫਿਰ ਮਮਨ ਆ ਗਿਆ, ਉਹਨੇ ਮੈਨੂੰ ਇੱਕ ਘੋੜੀ ਦਵਾਤੀ। ਠੀਕ ਹੈ ਵੀਰੇ। ਉਸ ਤੋਂ ਬਾਅਦ ਪਰਮਾਤਮਾ ਨੇ ਇਹੀ ਜਿਹੀ ਮਿਹਰ ਕੀਤੀ ਆ, ਦੁਬਾਰਾ ਫਿਰ ਘੋੜੀਆਂ ਚੱਲ ਪਏ। ਹੁਣ ਤੇਰੇ ਸਾਹਮਣੇ 3 ਘੋੜੀਆਂ ਖੜੀਆਂ, 2 ਰਿਜ਼ਲਟ ਖੜੇ ਨੇ। ਸਹੀ ਗੱਲ ਹੈ ਵੀਰੇ। ਇੱਕ ਹੁਣ ਰੱਤ, ਹੁਣ ਜਿਹੜੀ ਦੂਜੀ ਆ ਨੀਲੀ, ਉਹ ਹੁਣੇ ਸੂਪੇ ਜਿਹੜੀ ਮੱਝੂ ਕੇ ਲੈਣ ਵਾਲੀ ਆ। ਠੀਕ ਹੈ ਵੀਰੇ। ਤਾਂ ਹੁਣ ਉਹ ਦਿਖਾਏ ਚੰਨੋ ਜਿਹੜੀ ਹੈਗੀ ਆ, ਉਹ ਅੱਜ ਰਾਤ ਨੂੰ ਸੂਪ ਵਿੱਚ ਇਹ, ਠੀਕ ਹੈ, ਕੱਲ੍ਹ ਨੂੰ ਸੂਪ ਪੂਰੇ ਹੋ ਚੁੱਕੇ ਨੇ। ਠੀਕ ਹੈ ਬਾਈ। ਤੇ ਬਾਈ ਇੱਕ ਤਾਂ ਤੁਹਾਡੇ ਕੋਲ ਮੱਝੂ ਕੇ ਲੈ ਜਾਂਦੇ ਹੋ, ਨੀਲੀ ਘੋੜੀ ਹੋ ਗਈ ਆਪਣੇ ਘੋੜੇ ਤੋਂ ਸੂਣ ਵਾਲੀ ਆ। ਹਾਂਜੀ। ਇੱਕ ਜਿਹੜੀ ਚੰਬੀ ਘੋੜੀ ਆ ਤੁਸੀਂ ਨੇ ਮੇਟ ਕਰਾਈ ਸੀ ਆਪਣੇ ਘੋੜੇ ਤੋਂ ਲਿਆ ਕੇ, ਬਹੁਤ ਸੋਹਣੀ, ਚਲੋ ਬੱਚੀ ਆ ਗਈ। ਤੇ ਜਿਹੜਾ ਦੂਜਾ ਤੁਸੀਂ ਕਾਲੀ ਘੋੜੀ ਵਾਲਾ ਐਕਸਪੈਰੀਮੈਂਟ ਕਰਿਆ, ਇਹ ਕੀ ਹਿਸਾਬ ਕਿਤਾਬ 'ਚ ਘੋੜੀ ਲਈ ਤੁਸੀਂ ਨੇ ਵੀਰੇ? ਪਹਿਲਾਂ ਇਹ ਕਰਾਊ ਸੀਗੀ ਘੋੜੀ ਇਹ। ਅੱਛਾ ਜੀ। ਇਹ ਗੱਬਣ ਸੀਗੀ ਘੋੜੀ ਇਹ। ਹਾਂਜੀ। ਘੋੜੀ ਦੀ ਖੜਨੀ ਖੁੜਨੀ ਤੁਰਨੀ ਇਹਦੀ ਬਹੁਤ ਸੁਨੱਖੀ ਸੀਗੀ ਘੋੜੀ ਦੀ। ਠੀਕ ਹੈ ਵੀਰੇ। ਤਾਂ ਇਹ ਹਰਿਆਣੇ ਦੇ ਰਾਜਸਥਾਨ ਦੇ ਬਾਰਡਰ ਦੇ ਪਿੰਡ ਪੈਂਦਾ। ਅੱਛਾ ਜੀ। ਸੂਈ ਸੂਈ ਹਾਂ ਸੂਈ। ਠੀਕ ਹੈ ਵੀਰੇ। ਉੱਥੇ ਬੰਦਿਆਂ ਕੋਲ ਸੀਗੀ ਇਹ। ਅੱਛਾ ਜੀ। ਉੱਥੋਂ ਆਪਣੇ ਲਈ ਇਹ ਜਾ ਕੇ ਦੇਖੀ, ਮੈਂ ਤੁਰਦੀ ਤਰਦੀ ਦੇਖੀ, ਮੈਨੂੰ ਬਹੁਤ ਪਸੰਦ ਆਈ ਇਹ। ਅੱਛਾ ਵੀਰੇ। ਤੂਰ ਤੂਰ ਬਹੁਤ ਚੰਗੀ ਆ, ਰੇ ਵੀਰੇ ਵੀ ਆਪਾਂ ਕੋਈ ਗੱਲ ਨਹੀਂ ਵੀ ਆਪਣੇ ਘੋੜੇ ਤੋਂ ਉਹਦਾ ਬੱਚਾ ਲਵਾਂਗੇ, ਇਹ ਜਿੱਕਣ ਪਹਿਲਾਂ ਸੂੰਦੀ ਆ ਕਰਦੀ ਆ ਵੀ ਉਹ ਬੇਸ਼ੱਕ ਦੀ ਦੇਖੀ ਜਾਊਗਾ। ਠੀਕ ਹੈ ਵੀਰੇ। ਇਹ ਵਾਹਿਗੁਰੂ ਪਰਮਾਤਮਾ ਜਾਣਦਾ। ਇਹਨੇ ਬਾਈ ਜੀ ਜੱਡ ਜੱਡ ਬੁਲਾ ਕੇ ਤਾਂ ਆਪਣੇ ਪੂਰਾ ਨੁਕਰਾਈ। ਹਾਂ ਜੀ ਹਾਂ। ਕੋਈ ਸਪੋਰਟ ਨਹੀਂ ਹੈਗੀ, ਬਛੇਰ ਹੀ ਦਿੱਤੀ ਘੋੜਾ, ਬਹੁਤ ਬਹੁਤ ਲਮੇਟ ਦਾ ਘੋੜਾ। ਅੱਛਾ ਜੀ। ਜਿਹੜੇ ਬੰਦੇ ਕੋਲ ਖੜਾ ਕਰਿਆ ਉਹ, ਹਾਂਜੀ, ਬਹੁਤ ਲਮੇਟ ਦਾ ਘੋੜਾ, ਬਹੁਤ ਜਾਨਦਾਰ ਔਰ ਬਹੁਤ ਮਜ਼ਬੂਤ ਘੋੜਾ। ਠੀਕ ਹੈ ਬਈ। ਸਾਨੂੰ ਇੰਨੀ ਉਮੀਦ ਨਹੀਂ ਸੀ ਵੀ ਇਹ ਇੰਨਾ ਪਰਫੈਕਟ ਨੁਕਰਾ ਬੱਚਾ ਦੂੰ, ਪਰ ਇਹਨੇ ਘੋੜੀ ਨੇ ਪ੍ਰੂਵ ਕੀਤਾ ਤੇ ਹੁਣ ਮੈਨੂੰ ਉਮੀਦ ਆ ਵੀ ਇਹ ਗਾਂ ਸਾਡੇ ਵਾਲੇ ਘੋੜੇ ਤੋਂ ਇਹ ਬੱਚਾ ਇਹ ਪੂਰਾ ਵਧੀਆ ਜਮੂ। ਮੈਂ ਤਜਰਬੇ ਕਰ ਰਿਹਾ ਜੀ ਘੋੜੇ ਨਾਲ ਬਾਈ। ਤਜਰਬੇ ਆ ਬਾਈ, ਤਜਰਬੇ ਨੇ ਬਾਈ ਜੀ, ਹੋਰ ਕੀ ਹੈ, ਬਰੀਡਿੰਗ ਕੀ ਹੈ, ਬਰੀਡਿੰਗ ਤਜਰਬੇ ਨੇ। ਤਜਰਬੇ ਨੇ ਨਾਲ ਤੁਹਾਨੂੰ ਦੱਸਿਆ ਵੀ ਅਸੀਂ ਕਮਰਸ਼ੀਅਲ ਹੋਏ ਨਹੀਂ ਸੀਗਾ, ਤੇਰੀ ਵੀਡੀਓ ਨਾਲ ਕਮਰਸ਼ੀਅਲ ਹੋਣਾ, ਅਸੀਂ ਅੱਜ ਤੱਕ ਕੋਈ ਚੀਜ਼ ਨਹੀਂ ਵੇਚੀ ਹੈਗੀ। ਅੱਛਾ ਬਾਈ। ਕੋਈ ਚੀਜ਼ ਵੇਚੀ ਨਹੀਂ 2012 ਤੋਂ ਜਦ ਤੋਂ ਤੁਸੀਂ ਨੇ ਜਾਨਵਰ ਵੇਚੀ ਬਾਈ, ਪਰ ਇਹਨਾਂ ਦੀ ਕਿਰਪਾ ਹੀ ਆਪਣਾ ਖਾਣ ਪਾਣ ਆਪ ਹੀ ਲੈ ਕੇ ਆ ਰਹੇ ਹਾਂ। ਠੀਕ ਹੈ ਵੀਰੇ। ਤੂੰ ਤਾਂ ਸਹੀ ਗੱਲ ਹੈ ਵੀਰੇ, ਆਪਾਂ ਤਾਂ ਕੌਣ ਹੁੰਦੇ ਇਹਨਾਂ ਨੂੰ ਖਵਾਉਣ ਵਾਲੇ, ਤਾਂ ਆਪਾਂ ਨੂੰ ਖਵਾਉਂਦੇ ਆ। ਇਹ ਆਪਣੇ ਆਪ ਹੀ ਆਉਂਦੇ ਨੇ ਜਿਹਦੇ ਜਿੱਥੇ ਆਉਣਾ ਇਹਨਾਂ ਨੇ, ਇਹ ਬਜ਼ੁਰਗ ਜੋ ਕਹਿੰਦੇ ਸਹੀ ਗੱਲ ਕਹਿੰਦੇ ਆ। ਬਿਲਕੁਲ ਬਾਈ। ਨਹੀਂ ਤੁਹਾਡੀ ਗੱਲ ਵੀ ਸਹੀ ਹੈ ਬਾਈ, 2012 ਤੋਂ ਤੁਸੀਂ ਲੱਗੇ ਹੋਏ, 24 ਆ ਗਏ, ਤਕਰੀਬਨ 12 ਸਾਲ ਹੋ ਗਏ, ਹਨਾ, ਇੱਕ ਦਹਾਕਾ ਹੋ ਗਿਆ, ਅਜੇ ਤੱਕ ਤੁਸੀਂ ਕਹਿ ਰਹੇ ਹੋ ਵੀ ਕੋਈ ਆਪਾਂ ਨੇ ਜਾਨਵਰ ਵੇਚਿਆ ਨਹੀਂ, ਕੋਈ ਰੁਪਈਏ ਵੱਟੇ ਨਹੀਂ, ਜਾਨਵਰ ਵੇਚ ਕੇ ਬਾਹਰ ਨਹੀਂ ਕੱਢਿਆ। ਅੱਛਾ ਬਾਈ। ਖਰੀਦ ਕੇ ਲਿਆਂਦਾ ਜ਼ਰੂਰ ਆ। ਮਾੜੀ ਕਿਸਮਤ ਨੂੰ ਉਹ ਵੀ ਲੈ ਕੇ ਗਿਆ, ਹੁਣ ਕੀ ਮੈਂ ਕਹਿਣਾ ਨਹੀਂ ਚਾਹੁੰਦਾ, ਹਨਾ। ਅੱਛਾ ਬਾਈ। ਪਰ ਆਪਾਂ ਵੇਚ ਕੇ ਜਾਨਵਰ ਨਹੀਂ ਬਾਹਰ ਕੱਢਿਆ ਹਜੇ ਤੱਕ ਆਪਾਂ ਹਜੇ। ਅੱਛਾ ਬਾਈ। ਤਜਰਬੇ ਜੀ। ਠੀਕ ਹੈ ਬਾਈ। ਨਹੀਂ ਬਾਈ, ਤੁਹਾਡੇ ਬੰਦਿਆਂ ਕਰਕੇ ਆਪਣੀ ਮਾਰਕੀਟ ਜਿੰਦਾ ਬੈਠੀ ਆ, ਹੈ ਨਾ। ਨਹੀਂ ਤਾਂ ਬੰਦੇ ਨੂੰ ਇੱਕ ਅੱਧੀ ਘੋੜੀ 'ਚੋਂ ਘਾਟਾ ਵੀ ਪੈ ਜਾ, ਅਗਲਾ ਚੰਗਿਆਣਾ ਮਾਰਨ ਲੱਗ ਜਾਂਦਾ ਹੱਥ ਖੜੇ ਕਰਕੇ, ਵੀ ਯਾਰ ਇਸ ਤਾਂ ਲੁੱਟੇ ਗਏ ਪੱਟੇ ਗਏ। ਪਰ ਫਿਰ ਵੀ ਬਾਈ ਤੁਸੀਂ ਬਹੁਤ ਵੱਡੇ ਜਿਗਰੇ ਵਾਲੇ ਹੋ, ਪਰ ਪਰਮਾਤਮਾ ਨੇ ਵੀ ਬਾਈ ਤੁਹਾਡੇ ਤੋਂ ਕੁਛ ਲੁਕੋ ਕੇ ਨਹੀਂ ਰੱਖਿਆ। ਦੇਖੋ ਬਹੁਤ ਚੰਗਾ ਘੋੜਾ ਤੁਹਾਡੇ ਏਰੀਏ 'ਚ ਕਾਂਟੇ ਦਾ, ਹੈ ਨਾ, ਖੜਾ। ਮੈਨੂੰ ਲੱਗਦਾ ਹੋਰ ਕੋਈ ਨੇੜੇ ਤੇੜੇ ਕਾਂਟੇ ਦਾ ਬਲੱਡ ਹੈ ਨਹੀਂ ਤੁਹਾਡੇ ਏਰੀਏ 'ਚ। ਨਹੀਂ, ਮੈਂ ਤਾਂ ਹੀ ਤੁਹਾਨੂੰ, ਤਾਂ ਹੀ ਤਾਂ ਬਾਬੇ ਨਾਨਕ ਦੀ ਫੋਟੋ ਲਾਈ ਆ, ਜਿਸ ਦਿਨ ਦੇ ਘੋੜਿਆਂ ਨੇ ਪੈਰ ਪਾਇਆ ਜੀ, ਪਿੱਛੇ ਮੁੜ ਕੇ ਨਹੀਂ ਦੇਖਿਆ ਅਸੀਂ, ਜਿਹੜੇ ਕੰਮ ਨੂੰ ਹੱਥ ਪਾ ਲਿਆ, ਹਾਂਜੀ, ਉਹ ਵੱਡਾ ਤੇ ਛੋਟਾ, ਠੀਕ ਹੈ, ਕੋਈ ਰੁਕਿਆ ਨਹੀਂ ਹੈਗਾ। ਠੀਕ ਹੈ ਬਾਈ। ਅਸੀਂ ਕੋਈ ਵੱਡੇ ਨਹੀਂ ਹੈਗੇ ਵੀ ਬਹੁਤ ਤਕੜੇ ਬੰਦੇ ਹੈਗੇ ਆ ਜੀ, ਜਾਂ ਬਹੁਤ ਜ਼ਮੀਨ ਜਾਇਦਾਦ ਹੈ। ਠੀਕ ਹੈ ਬਾਈ। ਅਸੀਂ ਲਿਮਿਟਡ ਜੇ ਕਿਸਾਨ ਆ ਜੀ ਬਾਈ, ਲਿਮਿਟਡ ਜ਼ਮੀਨ ਆ ਸਾਡੇ ਬਾਈ। ਘੋੜਿਆਂ ਵਾਲਾ ਬੰਦਾ
ਰਾਜੀ ਹੁੰਦਾ ਹਮੇਸ਼ਾ, ਬਈ ਮੈਂ ਤਾਂ ਇਹੀ ਗੱਲ ਕਹੂੰ, ਜਿਹੜਾ ਘੋੜੇ ਨੂੰ ਪਾਲਦਾ ਰੱਖਦਾ ਹੈ ਨਾ, ਘੋੜੇ ਦੀ ਘੋੜੇ ਨਾਲ ਮੁਹੱਬਤ ਕਰਦਾ, ਉਹ ਰਾਜੀ ਹੁੰਦਾ ਹਮੇਸ਼ਾ, ਬਈ ਪੈਸੇ ਵਾਲੀ ਦੁਨੀਆਂ ਤਾਂ ਦੂਰ ਪਰੇ ਤੋਂ ਪਰੇ ਬੈਠੇ ਜੇ ਆਪਾਂ ਗੱਲ ਕਰੀਏ। ਸਹੀ ਗੱਲ ਆ ਬਈ। ਅਤੇ ਬਈ ਜਿਵੇਂ ਤੁਹਾਨੂੰ ਬਹੁਤ ਮੁਸ਼ਕਲ ਆਈਆਂ ਨੇ ਹੈ ਨਾ, ਤੁਸੀਂ ਪਹਿਲਾਂ ਔਫ ਕੈਮਰਾ ਹੀ ਮੇਰੇ ਨਾਲ ਗੱਲ ਕਰ ਰਹੇ ਸੀ ਵੀ ਡਾਕਟਰੀ ਸਹਾਇਤਾ 'ਚ ਤੁਹਾਡੀ ਬੜੀ ਮਦਦ ਕੀਤੀ ਆ ਉਹ। ਹਾਂਜੀ, ਸਾਡੇ ਬਾਈ ਮੈਨੂੰ ਹੁਣ ਜਿੱਦਣ ਮੈਂ ਇਹ ਘੋੜੀਆਂ ਲੈ ਕੇ ਆਇਆ, ਪਹਿਲਾਂ ਤਾਂ ਚਲੋ ਜੋ ਹੋ ਲਿਆ ਨੁਕਸਾਨ ਜੋ ਵੀ ਹੋ ਲਿਆ ਠੀਕ ਹੈ, ਜੋ ਹੋਇਆ ਠੀਕ ਹੈ ਬਾਈ। ਬਾਈ ਕੁਲਵਿੰਦਰ ਹੈ ਐਨੀਮਲ ਨੌਲੇਜ ਪੇਜ ਵਾਲਾ। ਹਾਂਜੀ ਬਾਈ। ਬਾਈ ਜਿੱਦਣ ਦਾ ਮੇਰੇ ਘਰੇ ਉਹ ਬਾਈ ਨੇ ਪੈਰ ਪਾਇਆ, ਹਾਂਜੀ, ਮੇਰਾ ਘਰ ਭਰ ਕੇ ਰੱਖਦਾ। ਅੱਛਾ ਵੀਰੇ, ਆਹ ਜਿਹੜੀ ਕਾਲੀ ਘੋੜੀ ਦੀ ਗੱਲ ਕਰਦਾ ਜਿਹਨੇ ਨੌਕਰੀ ਬਿਛੇਰੀ ਦਿੱਤੀ ਹੈ, ਹਾਂਜੀ, ਉਹਨੇ 18 ਦਿਨ ਦੀ ਚੈੱਕ ਕੀਤੀ ਸੀ, 18 ਦਿਨ ਦੀ। 18 ਦਿਨ ਦੀ ਘੋੜੀ ਚੈੱਕ ਕਰੀ ਲੈ, ਮੈਨੂੰ ਕਹਿੰਦਾ ਵੀ 100% ਹੈਗੀ ਆ ਇਹ। ਅੱਛਾ ਜੀ। ਉਸ ਤੋਂ ਬਾਅਦ ਆਹ ਜਿਹੜੀ ਘੋੜੀ ਆ ਚੰਬੀ, ਹਾਂਜੀ, ਇਹ 20 ਦਿਨ ਦੀ ਚੈੱਕ ਕੀਤੀ। ਅੱਛਾ ਵੀਰੇ। ਔਰ ਦੂਜੀ ਗੱਲ ਸਭ ਤੋਂ ਜਿਹੜਾ ਪੂਰਾ ਬਹੁਤ ਵਧੀਆ ਗੱਲ ਮੈਨੂੰ ਇਹ ਲੱਗੀ, ਪਹਿਲਾਂ ਮੈਂ ਪੈਸੇ ਦੇ ਦੇ ਥੱਕ ਗਿਆ ਸੀਗਾ, ਉਹ ਆਉਂਦਾ, ਹਾਂਜੀ, ਗੱਡੀ ਖੜਾਉਂਦਾ, ਹਾਂਜੀ, ਕਹਿੰਦਾ ਚਾਹ ਬਣਾ ਲਾ, ਹਾਂਜੀ, ਚਾਹ ਪੀਂਦੇ ਆ ਅਸੀਂ, ਹਾਂਜੀ, ਘੋੜਿਆ ਤਿੰਨੋਂ ਚੈੱਕ ਕਰਦਾ, ਹਾਂਜੀ, ਔਰ ਪੈਸੇ ਕਿੰਨੇ ਲੈਂਦਾ, ਹਾਂਜੀ, ਕਹਿੰਦਾ ਜਿੰਨੇ ਵੀ ਲੈ, ਇੰਨਾ ਤੇਲ ਲੱਗ ਗਿਆ ਮੇਰਾ, ਹਾਂਜੀ, ਆਹ ਮੇਰੀ ਫੀਸ ਬਣਦੀ ਆ। ਹਾਂਜੀ। ਔਰ ਮੈਨੂੰ ਇੰਨੀ ਖੁਸ਼ੀ ਹੋਈ ਬਾਈ, ਅੱਗੇ ਮੈਂ ਥੱਬੇ ਪੈਸੇ ਦਿੰਦਾ ਸੀਗਾ ਜਿਹੜਾ ਡਾਕਟਰ ਆਉਂਦੇ ਸੀਗੇ, ਠੀਕ ਹੈ ਵੀਰੇ, ਉਹਦਾ ਬਾਈ ਜੱਟ ਸੌਦਾ ਹੀ ਆ। ਨਹੀਂ, ਚੰਗੀ ਗੱਲ ਆ ਬਾਈ, ਬਹੁਤ ਵਧੀਆ ਇਨਸਾਨ ਆ ਬਾਈ ਕੁਲਵਿੰਦਰ। ਬਾਈ ਇਹ ਹੈ ਉਹਦੀ ਇੱਕ ਹੋਰ ਇੱਕ ਸਾਡੇ ਪਿੰਡ ਜਿਹੜੀ ਘੋੜੀ ਹੁਣ ਚੈੱਕ ਕਰਾਉਣੀ ਆ, ਦਿਖਾਉਣੀ ਜਿਹੜੀ ਵੇਚਣੀ ਆਪਾਂ ਨੇ ਘੋੜੀ, ਹਾਂਜੀ ਹਾਂਜੀ, ਜਿਹੜੀ 64-40, ਠੀਕ ਹੈ ਵੀਰੇ, ਉਹ ਘੋੜੀ 4 ਸਾਲ ਤੋਂ ਖਾਲੀ ਸੀਗੀ। ਅੱਛਾ ਵੀਰੇ। ਉਹਨੇ 3 ਗੇੜੇ ਲਾਏ ਆ ਬਾਈ, ਹੁਣ ਉਹ 6 ਮਹੀਨੇ 'ਚ ਗੱਭਣ ਆ। ਅੱਛਾ ਵੀਰੇ। ਸਿਰਫ 3 ਗੇੜੇ, ਠੀਕ ਹੈ ਜੀ, ਬਹੁਤ ਚੰਗੀ ਗੱਲ ਆ ਬਾਈ, ਕਿਉਂਕਿ ਅਕਸਰ ਡਾਕਟਰ ਦੀ ਜੇ ਸਹੂਲਤ ਹੋਵੇ ਕਿ ਨਾ ਬੰਦੇ ਕੋਲ, ਤਾਂ ਬੰਦਾ ਛੇਤੀ ਛੇਤੀ ਮਤਲਬ ਮਾਰ ਨਹੀਂ ਪੈਂਦੀ ਉਹਨੂੰ, ਆਪਾਂ ਇਹ ਗੱਲ ਕਹਿ ਸਕਦੇ ਹਾਂ। ਡਾਕਟਰੀ ਵਾਲੀ ਗੱਲਬਾਤ ਨਹੀਂ ਕਰਦਾ, ਉਹ ਭਾਈ ਬੀਜੀ ਵਾਲੀ ਗੱਲਬਾਤ ਕਰਦਾ ਵੀ ਬੰਦੇ ਨੂੰ ਬੰਦੇ ਦਾ ਹੋਸਲਾ ਟੁੱਟੇ, ਬੰਦੇ ਨਾਲ ਖੜਦਾ। ਬਿਲਕੁਲ ਬਾਈ, ਨਹੀਂ ਚੰਗੀ ਗੱਲ ਆ ਬਾਈ। ਅਤੇ ਬਾਈ ਜਿਵੇਂ ਹੁਣ ਦੂਰ ਦਰੇਡਿਓਂ ਕਈ ਵਾਰ ਘੋੜੀ ਆ ਜਾਂਦੀ ਹੈ ਵੀਰੇ, ਅਤੇ ਆਪਣੇ ਰੱਖਣ ਵਗੈਰਾ ਦਾ ਸਾਰਾ ਪ੍ਰਬੰਧ ਹੈਗਾ ਜੀ? ਹਾਂਜੀ, ਪੂਰਾ ਜੀ, ਪੂਰਾ ਪੂਰਾ। ਠੀਕ ਆ ਬਾਈ। ਅਤੇ ਵੀਰੇ 3 ਘੋੜੀਆਂ ਤਾਂ ਮਤਲਬ ਆਪਣੇ ਫਾਰਮ ਦੇ, ਜਿਹੜੀ ਚੌਥੀ ਘੋੜੀ ਆਪਾਂ ਸੇਲ ਵਾਸਤੇ ਤੁਸੀਂ ਕਹਿ ਰਹੇ ਸੀ, ਉਹਦੀ ਕੀ ਡਿਟੇਲ ਆ ਵੀਰੇ? 64 ਇੰਚ ਦੀ ਘੋੜੀ ਆ। ਠੀਕ ਹੈ ਵੀਰੇ। ਉਪਰ ਇਹ ਪਤਾ ਨਹੀਂ ਕਿ ਕਿਹੜੀ ਲਾਈਨ ਹੈ, ਕੀ ਆ। ਠੀਕ ਹੈ ਵੀਰੇ। ਅਨਨੋਨ ਲਾਈਨ ਆ ਉਹ। ਠੀਕ ਹੈ ਵੀਰੇ। ਉਹ ਰਾਜਸਥਾਨ ਨੂੰ ਲਈ ਸੀ, ਉਹ ਹੈਗੇ ਆ ਦੁੱਲੇ ਬਾਈ ਉਹਨਾਂ ਦੀ। ਠੀਕ ਹੈ ਵੀਰੇ। ਜਿਵੇਂ ਸਾਰੀ ਦੁਨੀਆ ਜਾਣਦੀ ਆ ਦੁੱਲਾ ਫਿਰੋਜ਼ਪੁਰੀ ਆ। ਬਿਲਕੁਲ, ਮੈਨੂੰ ਵੀ ਅੱਜ ਪਤਾ ਲੱਗਿਆ, ਪਹਿਲਾਂ ਮੈਂ ਦੁੱਲੇ ਨੂੰ ਫਿਰੋਜ਼ਪੁਰੀ ਆ, ਮੈਂ ਫਿਰੋਜ਼ਪੁਰ ਉਹ ਜਿਹੜਾ ਸ਼ਹਿਰ ਆ ਉਹ ਸਮਝਦਾ ਹੁੰਦਾ ਸੀ, ਮੈਨੂੰ ਅੱਜ ਪਤਾ ਲੱਗਿਆ ਵੀ ਜਿਹੜਾ ਬਾਈ ਕੌਡੀ ਖੇਡਦਾ ਰਿਹਾ ਅਮਰੀਕਾ 'ਚ। ਹਾਂ, ਉਹਨਾਂ ਦੀ ਘੋੜੀ ਆ ਉਹ। ਠੀਕ ਹੈ ਵੀਰੇ। ਉਹ ਆਪਣੇ ਵਾਲੇ ਘੋੜੇ ਤੋਂ ਹੁਣ 6 ਮਹੀਨੇ ਦੀ ਗੱਭਣ ਆ। ਗੱਭਣ ਚੈੱਕ ਪਾਸ ਆ ਜੀ? ਚੈੱਕ ਪਾਸ ਆ। ਠੀਕ ਹੈ ਵੀਰੇ। 64 ਇੰਚ ਦੀ ਪ੍ਰੋਪਰ ਘੋੜੀ ਆ। ਠੀਕ ਹੈ ਵੀਰੇ। ਥੋੜੀ ਗਰਮ ਆ। ਅੱਛਾ, ਥੋੜੀ ਗਰਮ, ਥੋੜੀ ਤੱਤੀ ਆ। ਹਾਂ ਜੀ, ਕਿਉਂਕਿ ਹੁਣ ਬਾਈ ਹੁਣੇ ਅਮਰੀਕਾ ਨੇ ਜੀ, ਦੂਜੇ ਵੀਰ ਵੀ ਅਮਰੀਕਾ ਚੱਲੇ, ਉਹ ਕਹਿੰਦੇ ਵੀ ਹੁਣ ਅਸੀਂ ਦੇ ਕੇ ਜਾਣੀ ਆ। ਠੀਕ ਹੈ ਵੀ, ਹੁਣ ਪ੍ਰੋਪਰ ਰਹੇਗੀ, ਸਾਨੂੰ ਪਹਿਲਾਂ ਐਂ ਸੀ ਕਿਸੇ ਨੂੰ ਦੇਣੀ ਨਹੀਂ ਵੀ ਰਹਿੰਦੀ ਨੀ, ਹੁਣ ਗੱਭਣ ਆ। ਠੀਕ ਹੈ, ਹੁਣ ਅਸੀਂ ਦੇ ਕੇ ਜਾਣੀ ਆ। ਠੀਕ ਹੈ ਬਾਈ ਜੀ। ਅਤੇ ਉਹਦੀ 64 ਇੰਚ ਹਾਈਟ ਹੋ ਗਈ, ਅਤੇ ਬਾਈ ਮੁੱਲ ਵਾਲੀ ਫੋਨ 'ਤੇ ਕਰ ਲਉਂਗੇ ਜੀ? ਹਾਂ, ਫੋਨ 'ਤੇ ਹੋਊਗਾ। ਠੀਕ ਆ, ਤੁਹਾਡਾ ਚਲੋ ਮੈਂ ਨੰਬਰ ਵੀਡੀਓ 'ਚ ਦੇ ਹੀ ਦਿੱਤਾ। ਹਾਂਜੀ ਹਾਂਜੀ। ਅਤੇ ਲਓ ਬਾਈ, ਬਾਈ ਕਰਮਵੀਰ ਗਿੱਲ ਅਤੇ ਬਾਈ ਜਗਜੀਤ ਮਾਨ ਦੋਵੇਂ ਯਾਰ ਦੋਸਤ ਨੇ, ਪਰ ਘੋੜਿਆਂ ਨੇ ਭਰਾ ਬਣਾਇਆ ਹੋਇਆ ਦੋਵਾਂ ਨੂੰ, ਤੇ ਘੋੜਿਆਂ ਦੇ ਪਿਆਰ ਕਰਕੇ ਆ ਬਈ ਅੱਜ ਤੁਸੀਂ ਦੋ ਭਰਾ ਬੈਠੇ ਹੋ ਹਨਾ, ਲੰਮੇ ਲੰਮੇ ਸਮੇਂ ਤੋਂ, ਤੇ ਘੋੜਿਆਂ ਦੀ ਇਹੀ ਦੇਣ ਕਹਿ ਸਕਦੇ ਆ ਆਪਾਂ ਵੀ, ਜਿਹੜਾ ਮੋਹ ਮੁਹੱਬਤ ਬਣੀ ਹੋਈ ਹੈ, ਇਹ ਬਹੁਤ ਵੱਡੀ ਗੱਲ ਆ, ਬਹੁਤ ਵੱਡੀ ਗੱਲ ਆ ਬਈ। ਸਹੀ ਗੱਲ ਆ। ਅੱਜ ਕੱਲ ਤਾਂ ਬਈ ਕਿਉਂਕਿ ਰਿਸ਼ਤੇਦਾਰ ਨਹੀਂ ਵਰਤਦੇ ਹੈਗੇ, ਅੱਜ ਕੱਲ ਐਵੇਂ ਜਿਵੇਂ ਘੋੜਿਆਂ ਵਾਲੇ ਆਪਸ 'ਚ ਪਿਆਰ ਨਾਲ ਵਰਤਦੇ ਵੀਰੇ। ਸਹੀ ਗੱਲ ਹੈ, ਬਿਲਕੁਲ ਬਈ। ਬਾਈ ਉਹੀ ਗੱਲ ਆ, ਵਿਆਹ 'ਤੇ ਜਿੱਥੇ ਪੈਸਾ ਪੂਸਾ ਨਾ ਹੋਵੇ ਪਿਆਰ ਉੱਥੇ ਹੀ ਹੁੰਦਾ, ਜਿੱਥੇ ਭਾਈ ਨੇ ਜੋ ਕਹਿਤਾ। ਆਪਾਂ ਵੀਰ, ਆਪਾਂ ਇਹ ਸ਼ੌਂਕ ਨੂੰ ਕੰਮ ਸ਼ੁਰੂ ਕੀਤਾ ਸੀਗਾ ਤੇ ਹੁਣ ਮੈਂ ਪਿੱਛੇ ਸਲਾਹ ਕੀਤੀ ਵੀ ਆਪਣੇ ਕੋਲ ਵੱਧ ਹੋ ਗਏ ਇਹ। ਹਾਂਜੀ, ਵੀ ਨਗ ਵੱਧ ਗਏ ਵੀ ਆਪਾਂ ਕੋਈ ਇੱਕ ਅੱਧਾ ਸੇਲ ਕਰ ਦਿੰਦੇ ਹਾਂ ਵਿੱਚੋਂ ਹੋਰ,
ਤੇ ਫਿਰ ਅਸੀਂ ਸੋਚੀ ਇਹ ਗੱਲਬਾਤ ਵੀ ਹੁਣ ਤੱਕ ਨੁਕਸਾਨ ਹੀ ਹੁੰਦਾ ਕਰਦਾ ਰਿਹਾ ਵੀ ਕੋਈ ਗੱਲ ਵੀ ਹਜੇ ਚੱਲਣ ਦਿਓ ਕੰਮ ਕਿਵੇਂ ਨਾ ਚੰਗੀ ਗੱਲ ਆ ਦੇਖਦੇ ਆ ਪਰ ਕੋਈ ਗੱਲ ਨੀ ਬਾਈ ਜਿਵੇਂ ਕਹਿੰਦੇ ਦੇਰ ਆਏ ਦਰੁਸਤ ਆਏ ਪਰਮਾਤਮਾ ਨੇ ਤੁਹਾਡੀ ਬਾਂਹ ਫਾਲੀ ਦੇਖ ਦੋ ਘੋੜੀਆਂ ਸੂਈਆਂ ਤੇ ਦੋਵਾਂ ਨੇ ਬਸ਼ੇਰੀਆਂ ਦਿੱਤੀਆਂ ਤੇ ਬਸ਼ੇਰੀਆਂ ਵੀ ਚੰਗੀਆਂ ਇੱਕ ਬਿਲਕੁਲ ਸਪੋਟਲੈਸ ਸੁਨੂਗਰੀ ਤੇ ਇੱਕ ਪ੍ਰੋਪਰ ਪੰਚ ਕਲਿਆਣ ਦੂਜੀ ਹੁਣ ਸੂਣ ਤੀਜੀ ਸੂਣ ਵਾਲੀ ਆ ਚੌਥੀ ਤੱਕ ਜਿਹੜੀ ਆਪਣੇ ਦੋਸਤ ਕੋਲ ਹੈਗੀ ਕਪਤਾਨ ਦੀ ਮੈਂ ਕਹਿੰਦਾ ਵੀ ਜਦ ਨੂੰ ਇਹ ਵਿਆਹ ਤਾਂ ਵੀਡੀਓ ਪਾਉਣੀ ਆ ਵੀ ਅਸੀਂ ਹੋ ਸਕਦਾ ਤੈਨੂੰ ਬੱਚੇ ਦੀ ਫੋਟੋ ਪਾ ਕੇ ਜ਼ਰੂਰ ਜ਼ਰੂਰ ਬਾਈ ਪਰਮਾਤਮਾ ਕਰੇ ਜੁਗਨੀ ਦਾ ਦੇਖੇ ਲਈ ਕਪਤਾਨ ਦੀ ਮਾਂ ਹਾਂਜੀ ਹਾਂਜੀ ਕਪਤਾਨ ਹੁਣ ਦੇਖੋ ਜੈਡ ਹੁਣ ਕਾਲੀ ਘੋੜੀ ਨੇ ਮੱਥੇ ਉਹਦੇ ਛੋਟਾ ਜਿਹਾ ਤਾਰਾ ਹੈ ਹਾਂਜੀ ਹਾਂਜੀ ਬਾਈ ਉਹਨੇ ਦੇਖੇ ਕਿੰਨਾ ਪ੍ਰੋਪਰ ਬਲੇਜ਼ ਦਿੱਤਾ ਹਾਂ ਪ੍ਰੋਪਰ ਤੇ ਪੈਰਾਂ ਦੀ ਮਾਰਕਿੰਗ ਬਿਲਕੁਲ ਪ੍ਰੋਪਰ ਸਹੀ ਹਲੇ ਇੱਕ ਬੱਚਾ ਸਿੱਟ ਗਈ ਚਾਰ ਪੈਰ ਚਿੱਟੇ ਕਾਂਟੇ ਦੀ ਕਾਪੀ ਸੀ ਮੱਥੇ ਪਟਾ ਅੱਛਾ ਬਾਈ ਪਰ ਉਹ ਦੁਬਾਰਾ ਹੁਣ 6 ਮਹੀਨੇ ਦੀ ਫੇਰ ਗੱਭਣ ਠੀਕ ਹੈ ਵੀਰੇ ਫੇਰ ਦੁਬਾਰਾ 6 ਮਹੀਨੇ ਦੀ ਆਪਣੇ ਨਾਲ ਤੋਂ ਹੀ ਗੱਭਣਾ ਠੀਕ ਹੈ ਬਾਈ ਸੋ ਬਾਈ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਤੁਹਾਡਾ ਘੋੜਾ ਬਾਈ ਬਹੁਤ ਸੋਹਣਾ ਤੇ ਮੈਂ ਅਸਲ ਹਾਰਸ ਲਵਰ ਤੁਹਾਨੂੰ ਕਹਿ ਸਕਦਾ ਬਾਈ ਕਿਸੇ ਮਤਲਬ ਤੁਸੀਂ ਬਿਨਾਂ ਲਾਲਚ ਤੋਂ ਜਿਹੜਾ ਘੋੜੇ ਨੂੰ ਇੰਨਾ ਪ੍ਰੇਮ ਕਰ ਰਹੇ ਹੋ ਪਿਆਰ ਕਰ ਰਹੇ ਹੋ ਹਨਾ ਨਹੀਂ ਵੀਰ ਇਹ ਗੱਲ ਤੇਰੀ ਵੱਡੀ ਆ ਦੇਖ ਇਹ ਆਪ ਹੀ ਆਏ ਨੇ ਤਾਂ ਸਾਤੂ ਸੇਵਾ ਲੈਣੀ ਸੀ ਤਾਂ ਆ ਗਏ ਦੇਖ ਨਾ ਅਸੀਂ ਕੋਈ ਬਿਜ਼ਨਸ ਕਰਨ ਦੀ ਸੋਚੀ ਸੀ ਇਹਨਾਂ ਨੂੰ ਵੀ ਬਿਜ਼ਨਸ ਕਰਨਾ ਆ ਤੈਨੂੰ ਪਹਿਲੀ ਵਾਰ ਕਿਹਾ ਵੀ ਉਹ ਵੀ ਤਾਂ ਵੀ ਸਾਡੇ ਘੋੜੇ ਦੇ ਬੱਚੇ ਬਹੁਤ ਵਧੀਆ ਆਏ ਨੇ ਅਸੀਂ ਪਹਿਲਾਂ ਬਰੀਡਿੰਗ ਕਰਕੇ ਦੇਖਿਆ ਵੀ ਸਹੀ ਵੀ ਆਉਂਦੇ ਨੇ ਬਾਈ ਆਪਾਂ ਘੋੜਾ ਛੱਡ ਦਈਏ ਬਿਲਕੁਲ ਵੀਰੇ ਤਾਂ ਹੁਣ ਤੈਨੂੰ ਪਤਾ ਵੀ ਘੋੜਾ ਤਾਂ ਆਪਾਂ ਤਜਰਬਾ ਦੇ ਘਰੇ ਕੀਤਾ ਯਾਰ ਠੀਕ ਹੈ ਵੀਰੇ ਬਾਕੀ ਆ ਮੁੰਡੇ ਸਾਡੇ ਕੋਲ ਨੇ ਇੱਥੇ ਆ ਤੂੰ ਆ ਮੁੰਡਿਆਂ ਦੀ ਵੀ ਆ ਮੁੰਡੇ ਦਿਖਾ ਦੇ ਸਾਰੇ ਇਹਨਾਂ ਦੀਆਂ ਘੋੜੀਆਂ ਲੱਗੀਆਂ ਕਰੀਆਂ ਨੇ ਜਿਨ੍ਹਾਂ ਨੇ ਗਾਹਾਂ ਬੱਚੇ ਦਿੱਤੇ ਕਰੇ ਨੇ ਠੀਕ ਹੈ ਵੀਰੇ ਆ ਮੁੰਡਿਆਂ ਵੱਲ ਨੂੰ ਕੈਮਰਾ ਘੁਮਾ ਦੇ ਮਾੜਾ ਜਿਹਾ ਇਹ ਅਰਸ਼ ਮੁੰਡਾ ਆਉਂਦਾ ਠੀਕ ਹੈ ਵੀਰੇ ਦਿਖਾ ਦੇ ਜਿਹੜੇ ਹੋਰ ਸਾਡੇ ਬਾਈ ਬੈਠੇ ਨੇ ਅਸੀਂ ਤਾਂ ਹੁਣ ਤੈਨੂੰ ਦੱਸਿਆ ਵੀ ਡਿਊਟੀ ਦੇ ਵੀ ਚਲੇ ਜਾਂਦੇ ਆ ਹਾਂਜੀ ਸਵੇਰੇ ਕਰਕੇ ਫਿਰ ਆ ਕੇ ਕਰਨਾ ਉਹ ਤੋਂ ਬਾਅਦ ਸਾਡੇ ਡੈਡੀ ਜੀ ਸਾਂਭਦੇ ਨੇ ਠੀਕ ਹੈ ਵੀਰੇ ਵੀ ਜਿਹੜਾ ਦੁਪਹਿਰ ਨੂੰ ਕਰਨਾ ਮੇਰਾ ਸਵੇਰੇ ਕਰਕੇ ਦੁਪਹਿਰ ਵੀ ਸ਼ਾਮ ਨੂੰ ਐਨ ਨਹੀਂ ਕਰਨਾ ਚੰਗੀ ਗੱਲ ਵੀਰੇ ਅੰਕਲ ਜੀ ਨੂੰ ਵੀ ਪੂਰਾ ਸ਼ੌਕ ਆ ਮਤਲਬ ਘੋੜਾ ਦਾ ਹਾਂ ਹੱਥ ਵਟਾਉਂਦੇ ਤੁਹਾਡਾ ਹਾਂਜੀ ਹਾਂਜੀ ਚਲੋ ਮੇਰੇ ਬੱਚੇ ਆ ਗੁੜੀਆ ਦੇ ਲੈ ਤੁਹਾਨੂੰ ਵੀਡੀਓ ਪਾ ਦੂੰਗਾ ਗੁੜੀਆ ਤਾਂ ਤੇਰੀ ਬਾਈ ਪੂਰੀ ਦਲੇਰਾ ਮੇਰੀ ਕੁੜੀ ਮੰਗੂ ਐਨ ਘੋੜੀ ਤੇ ਬਹਿ ਗਈ ਜਿਵੇਂ ਡਰਦੀ ਡਰਦੀ ਨਹੀਂ ਹੈਗੀ ਐਤਵਾਰ ਨੂੰ ਇਹ ਮੇਰੇ ਨਾਲ ਹੀ ਨਣਾਉਂਦੀ ਆ ਨਾਲ ਹੀ ਲੱਗੀ ਰਹਿੰਦੀ ਆ ਖਰਖਰੇ ਦੇ ਬਾਈ ਮੈਂ ਇੱਕ ਦੇਖਿਆ ਵੀ ਘੋੜਿਆਂ ਵਾਲਿਆਂ ਦੇ ਜਵਾਕ ਪੈਟ ਲਵਰ ਬਹੁਤ ਜ਼ਿਆਦਾ ਹੁੰਦੇ ਨੇ ਦੇਖੋ ਉਹਨੂੰ ਤੁਹਾਡਾ ਜਿਹੜਾ ਡੌਗ ਰੱਖਿਆ ਹੋਇਆ ਉਹਨੂੰ ਵੀ ਬਹੁਤ ਪਿਆਰ ਨਾਲ ਸੰਭਾਲਦੀ ਆ ਹੁੰਦੀ ਆ ਉਹ ਵੀ ਮੈਂ ਕਹਿੰਦਾ ਉਹ ਵੀ ਸਾਡਾ ਵੀ ਮੈਂ ਕਹਿੰਦਾ ਵੀ ਬਜ਼ੁਰਗ ਹੀ ਆ ਉਹ ਘਰ ਤੋਂ ਅਸੀਂ ਹੈ ਨਹੀਂ ਉਹਨੇ ਹਿੱਲਣਾ ਉਹਦੀ ਉਮਰ ਕਾਫੀ ਹੋ ਗਈ ਬਾਈ ਜੀ ਹੁਣ ਉਹਦੀ ਉਮਰ 80 ਹੋ ਗਈ ਅੱਛਾ ਅੱਛਾ ਬਾਈ ਸਿਆਣਾ ਬਹੁਤ ਜ਼ਿਆਦਾ ਹੋ ਗਈ ਬਹੁਤ ਸੋਹਣਾ ਬਹੁਤ ਸਿਆਣਾ ਹੋ ਗਿਆ ਹੁਣ ਅੱਛਾ ਬਾਈ ਨਹੀਂ ਬਾਈ ਬਹੁਤ ਚੰਗਾ ਲੱਗਿਆ ਤੁਹਾਡਾ ਘੋੜਾ ਵੀ ਬਹੁਤ ਸੋਹਣਾ ਸੋ ਦੋਸਤੋ ਤੁਹਾਨੂੰ ਘੋੜਾ ਕਿਵੇਂ ਲੱਗਿਆ ਘੋੜਾ ਤੁਹਾਨੂੰ ਦਿਖਾਤਾ ਕਾਲੇ ਕਾਂਟੇ ਦਾ ਬੱਚਾ ਫੀਸ ਬਾਈ ਹੋਰਾਂ ਨੇ ਬਹੁਤ ਜੈਨੂਨ ਰੱਖਿਆ 31,000 ਰੁਪਇਆ ਫੀਸ ਬਾਈ ਹੋਰਾਂ ਦਾ ਨੰਬਰ ਆ ਜਿਹੜਾ ਮੈਂ ਵੀਡੀਓ ਦੇ ਵਿੱਚ ਦੇਤਾ ਕੋਈ ਵੀ ਗੱਲਬਾਤ ਕਰਨੀ ਹੋਵੇ ਕੋਈ ਜਾਣਕਾਰੀ ਲੈਣੀ ਹੋਵੇ ਘੋੜੇ ਬਾਰੇ ਬਾਈ ਹੋਰਾਂ ਨੂੰ ਫੋਨ ਕਰ ਲਿਓ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਤੇਰਾ ਜੀ ਬੈਨ ਬਹੁਤ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ ਥੈਂਕ ਯੂ ਬਾਈ ਥੈਂਕ ਯੂ